ਆਣੇ ਦੇ ਲਈ 100 ਰੁਪਈਆ ਦੋਧਰ ਵਾਲੇ ਦੇ ਲਈ ਆਸ਼ੀਰਵਾਦ ਭੇਜਦੇ ਨੇ ਜੀ। ਆ ਬਾਈ ਚੋਲਾ ਸਾਹਿਬ ਦਾ ਜਿਹੜਾ ਜਾਫੀ ਹੈ 100 ਰੁਪਈਆ ਆਪਣਾ ਲੈ ਜੇ, ਇੱਕ ਦੂਜਾ ਜਾਫੀ ਸੀ ਉਹ ਵੀ ਲੈ ਜੇ। ਬਹੁਤ ਹੀ ਸਤਿਕਾਰ ਦੇ ਯੋਗ ਪੰਜਾਬੀ ਮਾਂ ਖੇਡ ਕਬੱਡੀ ਦੇ ਲਾਡਲੇ ਖਿਡਾਰੀ ਜਿਹਨੇ ਵੀ ਅੱਜ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜੱਦੀ ਨਗਰ ਰੋਡੇ ਦੇ ਵਿੱਚ ਪਹੁੰਚੇ ਹੋ, ਤੇਜਾ ਸਿੰਘ ਬਰਾੜ ਸਪੋਰਟਸ ਕਲੱਬ ਉਹਨਾਂ ਦੇ ਕਰਤਾ ਧਰਤਾ ਸਰਦਾਰ ਨਿਰਭੈ ਸਿੰਘ ਜੀ ਔਰ ਸਮੁੱਚੇ ਨਗਰ ਦੇ ਵੱਲੋਂ ਆਏ ਹੋਏ ਖਿਡਾਰੀਆਂ ਦਾ ਨਾਲੇ ਦਰਸ਼ਕ ਵੀਰਾਂ ਦਾ ਵੱਡਾ ਧੰਨਵਾਦ ਹੈ। ਜਿੱਥੇ ਮਾਂ ਖੇਡ ਕਬੱਡੀ ਦੇ ਇਸ ਜੁਝਾਰੂ ਕੰਨ ਨੂੰ ਤੁਸੀਂ ਦੇਖਣ ਦੇ ਲਈ ਪੁੱਜੇ ਹੋ, ਉੱਥੇ ਰੌਣਕਾਂ ਦੇ ਵਿੱਚ ਤੁਹਾਡੇ ਨਾਲ ਵਾਧੇ ਹੋਏ ਨੇ। ਐਵੇਂ ਨੀ ਪੋਹ ਦਾ ਮਹੀਨਾ, ਉੱਤੋਂ ਠੰਡ ਹੈ ਯਕੀਨਾ, ਚੌਦਾਂ ਨੀ ਮੱਥੇ ਤੋਂ ਪਸੀਨਾ, ਫਿਰ ਵੀ ਸਰਦੀ ਨੇ ਸਤਾਲੇ ਬਾਲੇ, ਸ਼ਰਬਤ ਪਿਆਦੇ ਮਿੱਤਰਾ, ਬੁੱਲ ਸੁੱਕ ਕੇ ਦੰਦਾਸਿਆਂ ਵਾਲੇ। ਇੱਕ ਪਾਸੇ ਕਹੋ ਗੋਪੀ ਰੋਡੇ, ਕਿਰਪਾ ਕਰਕੇ ਸਟੇਜ ਦੇ ਅੱਗੇ ਆਵੇ ਜੀ ਗੋਪੀ ਰੋਡੇ। ਜਿੱਥੇ ਮਾੜੀ ਮੁਸਤਫਾ ਤੇ ਭਿੰਡਰ ਦੀਆਂ ਟੀਮਾਂ ਦਾ ਜਿਹੜਾ ਮੁਕਾਬਲਾ ਸਖਤ ਹੋਵੇਗਾ, ਅਸੀਂ ਇੱਕ ਵਾਰ ਧੰਨਵਾਦ ਕਰਦੇ ਹੋਏ ਜਿੱਥੇ ਬੜੇ ਮਾਨ ਦਿੱਤੇ ਬਿੱਲੇ ਵਰਗੇ ਵੀਰਾਂ ਨੇ, ਸਰਦਾਰ ਨਰਪੈਲ ਸਿੰਘ ਜੀ ਹੋਰਾਂ ਨੇ, ਸਿਕੰਦਰ ਸਿੰਘ ਜੀ ਹੋਰਾਂ ਨੇ, ਔਰ ਜਿੱਥੇ ਮੇਰੇ ਜੋ ਸ਼ਿੰਦਾ ਡੇਰੀ ਵਾਲਾ ਜੀਤਾ ਬਾਈ ਬਿੰਦਰ ਵਰਗੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਹੈ ਤੇਜਾ ਸਿੰਘ ਜੀ ਦੇ ਪਰਿਵਾਰ ਦਾ। ਔਰ ਉਧਰਲੇ ਪਾਸੇ ਪਹਿਲੀ ਕਬੱਡੀ ਪਾਉਣ ਦੇ ਲਈ ਭਿੰਡਰਾਂ ਦੀ ਧਰਤੀ ਦਾ ਖਿਡਾਰੀ, ਜਿਸ ਪਿੰਡ ਦਾ ਕੈਲਾ ਦੁਨੀਆ ਦਾ ਮਸ਼ਹੂਰ ਪਹਿਲਵਾਨ, ਜਿਸ ਪਿੰਡ ਦੇ ਬਾਂਤੇ ਨੂੰ ਜੱਗ ਜਹਾਨ ਜਾਣਦਾ, ਜਿਸ ਪਿੰਡ ਦੇ ਰਾਜੀ ਵੇਖ ਲਈ ਮੈਚ ਕੱਟ ਕੇ ਰਾਜ ਦੇਣੀ ਆ, ਸਾਨੂੰ ਪਤਾ ਲੱਗ ਗਿਆ। ਔਰ ਉਧਰਲੇ ਪਾਸੇ ਮੈਂ ਦੇਖਦਾ ਵੀ ਮਾੜੀ ਮੁਸਤਫਾ ਦੀ ਧਰਤੀ ਦਾ ਸਿਕੰਦਰ ਸਿੰਘ ਵੈਰੋਕਿਆਂ ਵਾਲੇ ਭਾਨੇ ਨੇ ਦੱਸਿਆ ਵੀ ਨੌਜਵਾਨੋ ਇਸ ਸਾਲੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਦੇ ਵੱਲੋਂ ਟੌਪ ਦੀਆਂ ਕਬੱਡੀਆਂ ਪਾਵੇਗਾ, ਜਿਵੇਂ ਕਹਿੰਦੇ ਨੇ ਸੌਖਾ ਸਾਡੇ। ਹੈਲੋ, ਨਾਲ ਹੀ ਇੱਕ ਸਾਡੇ ਸੱਜਣ, ਸਾਡੇ ਦਾਨੀ ਸੱਜਣ ਪੁੱਜੇ ਹੋਏ ਨੇ ਸਾਡੇ ਕੋਲੇ, ਹਰਨੇਕ ਸਿੰਘ ਜੀ, ਲੰਡੇ ਕੇ ਪਿੰਡ ਹੈ, USA ਦੇ ਵਿੱਚ ਰਹਿੰਦੇ ਨੇ। ਆਖਦੇ ਵੀ ਜਿਹੜਾ ਆਉਂਦੇ ਸਾਲ ਦੇ ਵਿੱਚ 2013-2014 ਦਾ ਜਿਹੜਾ ਇਹ ਕੱਪ ਹੋਵੇਗਾ ਸੰਤ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਕਬੱਡੀ ਓਪਨ ਦਾ, ਕਹਿੰਦੇ ਵੀ ਜਿਹੜਾ ਫਸਟ ਪ੍ਰਾਈਜ਼ ਹੋਵੇਗਾ ਉਹ ਪ੍ਰਬੰਧਕ ਸੱਜਣ ਦੱਸਦੇ ਨੇ, ਜਿੰਨਾ ਮਰਜ਼ੀ ਹੋਵੇਗਾ ਪਹਿਲਾ ਇਨਾਮ ਇਹਨਾਂ ਵੱਲੋਂ ਹੋਵੇਗਾ। ਸਰਦਾਰ ਹਰਨੇਕ ਸਿੰਘ ਜੀ ਲੰਡੇ ਕੇ ਪਿੰਡ USA ਵਾਲੇ, ਇੱਕ ਵਾਰੀ ਜ਼ੋਰਦਾਰ ਤਾੜੀਆਂ ਇਹੋ ਜਿਹੇ ਸਾਡੇ ਦਾਨੀ ਸੱਜਣਾਂ ਵਾਸਤੇ ਜਿਹੜੇ ਕਿ ਸਾਡੇ ਇਸ ਟੂਰਨਾਮੈਂਟ ਨੂੰ ਮਾਣ ਪਿਆਰ ਬਖਸ਼ਦੇ ਨੇ। ਸਰਦਾਰ ਹਰਨੇਕ ਸਿੰਘ ਜੀ ਲੰਡੇ ਕੇ USA ਵਾਲੇ, ਹਾਂਜੀ ਹਾਂ ਦਿਲਬਾਗ ਸਿਆ, ਹਰਨੇਕ ਸਿੰਘ ਜੀ ਨੂੰ ਬੜਾ ਮਾਣ ਦੇ ਦਿਓ, ਤਾੜੀਆਂ ਦੇ ਨਾਲ ਹੋਰ ਜਿਹੜਾ ਸਵਾਗਤ ਕਰ ਦਿਓ, ਬਹੁਤ ਹੀ ਧੰਨਵਾਦ ਹੈ ਇਸ ਸਤਿਕਾਰ ਦੇ ਯੋਗ ਦਾ। ਹਾਂਜੀ ਇੱਕੋ ਡਾਊਨ ਕਰਦੇ ਸਤਿਕਾਰਯੋਗ ਸਾਊਂਡ, ਇੱਕੋ ਜਿਹੜੀ ਬਿਲਕੁਲ ਲਾਹ ਦੇ ਕੋਈ, ਬਹੁਤ ਹੀ ਵਧੀਆ ਮਾਂ ਖੇਡ ਕਬੱਡੀ ਦਾ ਮੈਦਾਨ ਜਿਵੇਂ ਕਹਿੰਦੇ ਨੇ ਪੱਖਿਆ ਪਿਆ, ਇੱਕ ਪਾਸੇ ਹਰਨੇਕ ਸਿੰਘ ਜੀ ਲੰਡੇਕਿਆਂ ਵਾਲੇ, ਉਹਦੇ ਨਾਲ ਭਾਨਾ ਵੈਰੋਕਿਆਂ ਵਾਲਾ, ਜਿਵੇਂ ਕਹਿੰਦੇ ਨੇ ਵੀ ਕਦੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਦੇ ਵੱਡੇ ਮਾਣ ਤੇ ਸਤਿਕਾਰ ਨੇ, ਔਰ ਉਹਨਾਂ ਦੇ ਵੱਲੋਂ ਵੀ ਵੱਡੇ ਮਾਣ ਸਤਿਕਾਰ ਜਿਹੜੇ ਦਿੱਤੇ ਜਾਣਗੇ। ਇੱਕ ਪਾਸੇ ਸਿਕੰਦਰ ਮਾੜੀ ਦੀ ਧਰਤੀ ਦਾ, ਜਿੰਨੇ ਵੀ ਪੁਆਇੰਟ ਸਿਕੰਦਰ ਮਾੜੀ ਵਾਲਾ ਲਵੇਗਾ, ਸਾਡੇ ਵੀਰ ਦਲਵਿੰਦਰ ਧਾਨਾ ਜੀ ਕਹਿੰਦੇ ਵੀ ਹਰ ਇੱਕ ਪੁਆਇੰਟ ਦਾ ਸਿਕੰਦਰ ਜਿੰਨੇ ਲਵੇਗਾ ਹਰ ਇੱਕ ਪੁਆਇੰਟ ਦਾ 1000 ਰੁਪਇਆ ਹੋਵੇਗਾ ਜੀ। ਬਾਈ ਵਾਹ, ਜਿਵੇਂ ਕਹਿੰਦੇ ਨੇ ਜ਼ਿਗਰ, ਜਿਵੇਂ ਕਹਿੰਦੇ ਨੇ ਵੀ ਜ਼ਿਗਰੇ ਦੀ ਗੱਲ ਹੋ ਜਾਂਦੀ ਆ, ਆਹ ਦੇਖ ਲੈ ਵੀ ਤਾਂਹੀਓ ਤਾਂ ਬਗੀਚਾ ਨੌਜਵਾਨੋ ਇਹਦਾ ਨਾਂ ਰਾਜੂ, ਇਹਦਾ ਪਿੰਡ ਪਿੰਡਰ ਫੜ ਨਹੀਂ ਸਕਿਆ, ਅੰਕ ਧਾਵੀ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ। ਚਲੋ ਗੱਭਰੂਆ, ਰਮਨਦੀਪ ਸਿੰਘ ਨਾਓ ਚ ਕਟਾਰੀ ਦਾ ਚਰਨੇ ਪਿੰਡਰ ਦਾ, ਕਹਿੰਦੇ ਨੇ ਵੀ ਛੋਟਾ ਪੁੱਤ ਹੈ ਮੇਰੇ ਕੋਲ ਗੋਲਡੀ ਤੇ, ਆ ਕਬੱਡੀ ਖੇਤਰ ਦੇ ਵਿੱਚ ਵੱਡੇ ਨਾਂ ਨੇ। ਇਸ ਤੋਂ ਅਗਲਾ ਮੈਚ ਖਾਈ ਗੁਰ ਮਾਣੀ ਦੀਆਂ ਟੀਮਾਂ ਦੇ ਵਿਚਕਾਰ ਹੋਵੇਗਾ। ਹਾਂਜੀ, ਨਾਲ ਇੱਕ ਹੋਰ ਖੁਸ਼ਖਬਰੀ ਹੈ ਵੀ ਆਉਂਦੇ ਵਰੇ ਜਿਹੜਾ ਕਬੱਡੀ ਟੂਰਨਾਮੈਂਟ ਹੋਵੇਗਾ ਜਿੱਥੇ 70 ਕਿਲੋ ਦਾ ਫਸਟ ਪ੍ਰਾਈਜ਼ ਦਲਵਿੰਦਰ ਧਾਨਾ ਜੀ ਵੈਰੋਕਿਆਂ ਵਾਲੇ ਉਹਨਾਂ ਵੱਲੋਂ ਹੋਵੇਗਾ, ਔਰ ਕਹਿੰਦੇ ਵੀ ਕਬੱਡੀ ਓਪਨ ਦਾ ਜਿਹੜਾ ਬੈਸਟ ਰੇਡਰ ਔਰ ਬੈਸਟ ਜਿਹੜੇ ਜਾਫੀ ਹੋਣਗੇ ਉਹਨਾਂ ਨੂੰ ਸਾਡੇ ਵੀਰ ਨਿਰਭੈ ਸਿੰਘ ਜੀ ਬਰਾੜ USA ਵਾਲੇ, ਨਾਲ ਹੀ ਲਖਵਿੰਦਰ ਸਿੰਘ ਜੀ ਬਰਾੜ USA ਵਾਲੇ ਬੈਸਟ ਰੇਡਰ ਤੇ ਬੈਸਟ ਜਾਫੀਆਂ ਦੇ ਲਈ ਮੋਟਰਸਾਈਕਲ ਹੋਣਗੇ ਜੀ ਇਹਨਾਂ ਵੱਲੋਂ ਜ਼ੋਰਦਾਰ ਤਾੜੀਆਂ। ਬਿੱਲਿਆ ਕੀ ਹੋ ਗਿਆ ਜੇ, ਕਬੱਡੀ 62 ਕਿਲੋ ਵਰਗ ਕਹਿੰਦੇ ਨੇ ਬਿਮਾਰੀਆਂ ਕਾਰਨ ਛੱਡ ਦਿੱਤੀ ਸੀ, ਪਰ ਤਾੜੀਆਂ ਮਾਰਦੇ ਤੇਰੇ ਪਿੰਡ ਦੇ ਵਿੱਚ ਕਹਿੰਦੇ ਨੇ ਮੋਟਰਸਾਈਕਲ ਦੀ ਗੱਲ ਹੋ ਗਈ ਹੈ। ਅਮਰੀਕਾ ਦੇ ਵਿੱਚ ਮੇਰੇ ਵੀਰੋ, ਕੈਲੀਫੋਰਨੀਆ ਦੇ ਵਿੱਚ 99 ਦੇ ਬਿਲਕੁਲ ਲਾਗੇ ਵੱਸਦੇ ਨੇ ਸਾਡੇ ਨਿਰਭੈ।
ਭਾਈ ਸਿੰਘ ਜੀ ਔਰ ਮੇਰੇ ਨੂੰ ਇੱਕ ਬੱਲੇ ਗੱਲਾਂ ਵੱਖਰੀਆਂ ਜੀਆਂ ਕਰਵਾ ਦੇਣਗੇ ਜਿੱਥੇ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਕਿ ਗੁਰੂਆਂ ਸਾਨੂੰ ਦਿੱਤਾ ਹੈ ਵਰਦਾਨ ਕਬੱਡੀ ਦਾ ਉੱਚਾ ਸੁੱਚਾ ਰੁਤਬਾ ਹੈ ਮਹਾਨ ਕਬੱਡੀ ਦਾ ਹਰ ਇੱਕ ਮਾਂ ਦੀ ਇੱਛਾ ਹੁੰਦੀ ਕਿ ਵੱਡਾ ਹੋ ਕੇ ਪੁੱਤ ਬਣੇ ਮੇਰਾ ਕਪਤਾਨ ਕਬੱਡੀ ਦਾ ਕਿਉਂਕਿ ਇਹੋ ਜਿਹੇ ਪ੍ਰਮੋਟਰ ਬੈਠੇ ਨੇ ਕਿ ਵੱਡੇ ਮਾਣ ਸਤਿਕਾਰ ਮੋਟਰਸਾਈਕਲਾਂ ਦੇ ਨਾਲ ਐਵੇਂ ਨਹੀਂ ਗੱਡੀਆਂ ਦੇ ਨਾਲ ਕਰਦੇ ਸੁੱਖਾ ਜੀ ਤਖਤਪੁਰੇ ਵਾਲੇ ਜਿੱਥੇ ਆਜ਼ਾਦ ਕਬੱਡੀ ਕਲੱਬ ਦੇ ਮੇਨ ਨੇ ਉੱਥੇ ਪੁੱਜ ਗਏ ਨੇ ਵੱਡਾ ਧੰਨਵਾਦ ਹੈ ਔਰ ਇਧਰਲੇ ਪਾਸੇ ਮਾੜੀ ਵਾਲਾ ਸਿਕੰਦਰ ਜਿੱਥੇ ਭਾਨੇ ਵੀਰ ਵੱਲੋਂ 1000 ਰੁਪਏ ਦੀ ਗੱਲ ਹੋਵੇਗੀ ਆਹ ਦੇਖ ਲੈ ਵਾਇਰੋ ਕੰਮ ਵਾਲਾ ਭਾਨਿਆ ਮੁੱਲਾਪੁਰੀਏ ਇੰਦਰਜੀਤ ਨਾਲ ਤੇ ਪਿੰਡਰਾਂ ਦੀ ਧਰਤੀ ਦੇ ਲਖਵੀਰ ਹੀਰੇ ਨਾਲ ਤੇਰਾ ਵੀ ਭਾਈਆਂ ਵਾਲਾ ਪਿਆਰ ਹੈ ਪਰ ਇਧਰਲੇ ਪਾਸੇ ਇੱਕ ਅੰਕ ਜਿਹੜਾ ਇਹ ਸਿਕੰਦਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈਲੋ ਹਾਂਜੀ ਸਾਡੇ ਜਿਹੜੇ ਸਾਡੇ ਸੱਜਣਾਂ ਨੇ ਸਾਨੂੰ ਮਾਨ ਸਨਮਾਨ ਬਖਸ਼ੇ ਨੇ ਹੁਣ ਅਸੀਂ ਉਹਨਾਂ ਦਾ ਜਿਹੜਾ ਸਨਮਾਨ ਚਿੰਨ੍ਹ ਦੇਵਾਂਗੇ ਕਿਰਪਾ ਕਰਕੇ ਸਾਡੇ ਬਲਵੀਰ ਸਿੰਘ ਜੀ ਆੜਤੀਆ ਨਾਲ ਹੀ ਪ੍ਰੀਤਮ ਸਿੰਘ ਜੀ ਚੱਕੀ ਵਾਲਾ ਹਾਕਮ ਸਿੰਘ ਜੀ ਡੈਰੀ ਵਾਲਾ ਇਹ ਕਿਰਪਾ ਕਰਕੇ ਆਪੋ ਆਪਣੇ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਬਲਵੀਰ ਸਿੰਘ ਜੀ ਆੜਤੀਆ ਪ੍ਰੀਤਮ ਸਿੰਘ ਜੀ ਚੱਕੀ ਵਾਲਾ ਹਾਕਮ ਸਿੰਘ ਜੀ ਡੈਰੀ ਵਾਲਾ ਹਾਂਜੀ ਸੌਰੀ ਗੁਸਤਾਖੀ ਚਾਹਾਂਗਾ ਖਾਈ ਤੇ ਪਿੰਡਰ ਖਾਈ ਤੇ ਪਿੰਡਰ ਇੱਕ ਮਿੰਟ ਦੇ ਵਿੱਚ ਪੁੱਜ ਜਾਣ ਖਾਈ ਤੇ ਪਿੰਡਾਂ ਸੌਰੀ ਖਾਈ ਤੇ ਡਗੋਰ ਮਾਣਾ ਖਾਈ ਤੇ ਡਗੋਰ ਮਾਣਾ ਇਹ ਜਿਹੜੀ ਇੱਕ ਮਿੰਟ ਦੇ ਵਿੱਚ ਵਿੱਚ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਖਾਈ ਤੇ ਡਗੋਰ ਮਾਣਾ ਨਾਲ ਹੀ ਇਕਬਾਲ ਸਿੰਘ ਜੀ ਚੱਕੀ ਵਾਲਾ ਉਹ ਵੀ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਪਰਮਜੀਤ ਸਿੰਘ ਜੀ ਪਾਨਾ ਸੁਖਦੀਪ ਬਰਾੜ ਜੀ ਅਮਨਦੀਪ ਅਮਨਪ੍ਰੀਤ ਮਨੀਲਾ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਜਿੱਥੇ ਮੁਲਾਜ਼ਮ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਇੱਕ ਜਾਲ ਦਾ ਜ਼ਰੂਰ ਜਿਹੜਾ ਚੱਕਰ ਲਾ ਦਿਓ ਵੱਡੇ ਧੰਨਵਾਦ ਹੋਣਗੇ ਤੁਹਾਡੇ ਕਰਮ ਬਰਾੜ ਮੇਰੇ ਵੀਰੋ ਲੋਹਾਮ ਦੀ ਧਰਤੀ ਦਾ ਐਵੇਂ ਨਹੀਂ ਬ੍ਰਿਟਿਸ਼ ਕੋਲੰਬੀਆ ਦੇ ਸਪੋਰਟ ਦੇ ਵਿੱਚ ਰੋਟਰੀ ਖੇਡ ਨਾਲ ਹੀ ਤਕੜੀਆਂ ਕੌਡੀਆਂ ਪਾਈਆਂ ਇੱਕ ਹੋਰ ਖੁਸ਼ਖਬਰੀ ਹੈ ਜੀ ਜਿੱਥੇ 70 ਕਿਲੋ ਦਾ ਫਸਟ ਪ੍ਰਾਈਜ਼ ਜਿਹੜਾ ਸਾਡੇ ਦਲਵਿੰਦਰ ਸਿੰਘ ਜੀ ਧਾਨਾ ਅਲਬਾਟਾ ਕਬੱਡੀ ਫੈਡਰੇਸ਼ਨ ਦੇ ਜੋ ਖਜ਼ਾਨਚੀ ਨੇ ਕਹਿੰਦੇ ਵੀ ਪਹਿਲਾ ਨਾਮ ਅਸੀਂ ਦੇਵਾਂਗੇ ਉੱਥੇ ਹੀ ਸਾਡੇ ਗੁਰਸੇਵਕ ਸਿੰਘ ਜੀ ਗੁੱਲਾ ਨੱਥੂਵਾਲ ਗਰਬੀ ਵਾਲੇ ਨੱਥੂਵਾਲਾ ਗਰਬੀ ਵਾਲੇ ਸਾਡੇ ਆਖਦੇ ਵੀ ਦੂਜਾ ਨਾਮ ਅਸੀਂ ਦੇਵਾਂਗੇ 70 ਕਿਲੋ ਦਾ ਜੀ ਕਿਆ ਬਾਤਾਂ ਨੇ ਤਾੜੀਆਂ ਮਾਰ ਦੋ ਗੁਰਸੇਵਕ ਸਿੰਘ ਜੀ ਗੁੱਲਾ ਵੱਡੇ ਮਾਣ ਸਤਿਕਾਰ ਦੇ ਜਾਂਦੇ ਨੇ ਔਰ ਵੱਡਾ ਨਾਂ ਹੈ ਭਾਈਆਂ ਵਰਗਾ ਪਿਆਰ ਦਿਖਾਉਂਦੇ ਨੇ ਭਾਨੇ ਵੀਰ ਦੇ ਨਾਲ ਚੱਲ ਨੌਜਵਾਨੋ ਜਿੱਥੇ ਦਰਸ਼ਕਾਂ ਦੀਆਂ ਚੀਕਾਂ ਤੁਸੀਂ ਸੋਣੀ ਲਾਈਆਂ ਇਹ ਤੁਹਾਨੂੰ ਕਹਿੰਦੀਆਂ ਨੇ ਵੀ ਕਿਰਪਾ ਕਰਕੇ ਬੈਠ ਜਾਓ ਜਸਵਿੰਦਰ ਜੀ ਹਾਂਜੀ ਨਾਲ ਇੱਕ ਹੋਰ ਖੁਸ਼ਖਬਰੀ ਆ ਰਹੀ ਹੈ ਦੱਸੋ ਕਹਿੰਦੇ ਕਬੱਡੀ ਓਪਨ ਦਾ ਜਿਹੜਾ ਦੂਜਾ ਪ੍ਰਾਈਜ਼ ਹੋਵੇਗਾ ਸਾਡੇ ਰੇਸ਼ਮ ਸਿੰਘ ਜੀ USA ਉਹਨਾਂ ਵੱਲੋਂ ਹੋਵੇਗਾ ਜੀ ਜ਼ੋਰਦਾਰ ਤਾੜੀਆਂ ਮਾਰ ਦਿਓ ਸ਼ਿਮਲਾ ਡੇਰੀ ਵਾਲਿਆ ਹੱਥ ਜੋੜਾ ਜਾਂ ਟੱਕ ਕੇ ਤਾੜੀ ਮਾਰ ਵੱਡੇ ਵੀਰ ਦੇਖੋ ਜਿਹੜੀ ਮਹਾਂਪੁਰਖਾਂ ਜੀ ਮਹਾਂਪੁਰਖਾਂ ਦੀ ਕਿੱਡੀ ਕਿਰਪਾ ਹੈ ਕਬੱਡੀ ਓਪਨ ਦਾ ਪਹਿਲਾ ਨਾਮ ਵੀ ਅਗਲੇ ਸਾਲ ਦਾ ਅਨਾਊਂਸ ਹੋ ਗਿਆ ਦੂਜਾ ਵੀ ਅਨਾਊਂਸ ਹੋ ਗਿਆ ਬੈਸਟ ਰੇਡਰ ਜਾਫੀ ਦੇ ਵੀ ਅਨਾਊਂਸ ਹੋ ਗਏ ਨੇ ਕਬੱਡੀ 70 ਦਾ ਫਸਟ ਵੀ ਅਨਾਊਂਸ ਹੋ ਗਿਆ 70 ਕਿਲੋ ਦਾ ਸੈਕਿੰਡ ਵੀ ਅਨਾਊਂਸ ਕੀਤਾ ਗਿਆ ਇਹ ਕਿੱਡੀ ਕਿਰਪਾ ਹੈ ਔਰ ਨਾਲ ਹੀ ਕਹਿੰਦੇ ਵੀ ਇੱਕ ਵਾਰੀ ਧੰਨਵਾਦ ਹੈ ਸਾਡੀ ਸਾਰੀ ਹੀ ਲੰਗਰ ਕਮੇਟੀ ਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਂ ਤੇ ਵੀ ਜੀ ਇੱਕ ਮਿੰਟ ਦਿਲਬਾਗ ਜੀ ਚੱਲ ਰਹੇ ਮੈਚ ਦੇ ਵਿੱਚੋਂ ਜਿਹੜੀ ਟੀਮ ਜੇਤੂ ਹੈ ਮਾੜੀ ਮੁਸਤਫਾ ਦੀ ਟੀਮ ਜਿਹੜੀ ਜੇਤੂ ਹੈ ਪਾਨਾ ਜੀ ਤੇਰੇ ਚਹੇਤੇ ਖਿਡਾਰੀ ਸਿਕੰਦਰ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਹੈ ਜਿਹੜੀ ਦੇ 8 ਪੁਆਇੰਟ ਨੇ ਔਰ 5.5 ਪੁਆਇੰਟ ਜਿਹੜੇ ਪਿੰਡਰ ਕਲਾਂ ਦੇ ਮੈਚ ਦੇ ਵਿੱਚੋਂ ਹੈਲੋ ਨਾਲ ਹੀ ਆਉਂਦੇ ਵਰੇ ਜੋ ਗੁਰੂ ਕੇ ਟੁੱਟ ਲੰਗਰ ਵਰਤਣਗੇ ਸਾਰਾ ਹੀ ਜਿਹੜਾ ਲੰਗਰ ਦਾ ਖਰਚਾ ਹੋਵੇਗਾ ਸਾਡੇ ਮਾਮਾ ਜੀ ਬਲਦੇਵ ਸਿੰਘ ਜੀ ਸਰਾਂ ਉਹਨਾਂ ਵੱਲੋਂ ਹੋਵੇਗਾ ਜੀ ਸਾਡੇ ਇਹਨਾਂ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਕਿਆ ਧੰਨਵਾਦ ਹੈ ਜੀ ਨਰਭੈ ਸਿੰਘ ਜੀ ਜੇ ਕਿਸ਼ਤੀ ਦਾ ਤੁਹਾਡੇ ਵਰਗਾ ਜੁਝਾਰੂ ਜਿਵੇਂ ਕਹਿੰਦੇ ਨੇ ਬਈ ਮਲਾਹ ਹੋਵੇ ਉਸ ਕਿਸ਼ਤੀ ਦੀਆਂ ਵੇੜੇ ਪਾਰ ਹੋ ਜਾਂਦੇ ਨੇ ਔਰ ਧੰਨਵਾਦ ਹੈ ਨਰਭੈ ਸਿੰਘ ਜੀ ਤੁਹਾਡਾ ਜਿਹੜਾ ਵੱਡਾ ਪਿਆਰ ਦਿੱਤਾ ਤੇ ਆਹ ਦੇਖ ਲੈ ਭਾਈਆਂ ਦਾ ਪਿਆਰ ਇਹ ਤੇਰੇ ਲਈ ਨਿਬੜਦਾ ਹੋਇਆ ਟੈਂਟ ਵਾਲੇ ਨੂੰ ਕਹਿ ਚਾਹ ਗੱਲ ਇੱਧਰ ਸੀਤ ਚੜ੍ਹਦਾ ਧੰਨਵਾਦ ਇਹ ਟੀਮਾਂ ਜਿਹੜੀਆਂ ਸਕ੍ਰੈਚ ਕੀਤੀਆਂ ਜਾਣਗੀਆਂ ਪਹਿਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਸਤਨਾਮ ਸਿੰਘ ਇਹ ਆਪਣਾ ਕੈਨੇਡੀਅਨ ਕਬੱਡੀ ਕਲੱਬ ਜਿਵੇਂ ਕਹਿੰਦੇ ਨੇ ਵੀ ਅਲਬਰਟਾ ਦੇ ਕੈਪੀਟਲ ਐਡਵੈਂਚਰ ਦੇ ਵੱਲੋਂ ਖੇਡਿਆ ਮਾਂ ਖੇਡ ਕਬੱਡੀ ਦਾ ਜੁਝਾਰੂ ਖਿਡਾਰੀ ਇੱਕ ਪਾਸੇ
मैं देखता भी दगो रमाने वाले जिवें कहिंदे ने पापा नूं कबूतरबाजी का शौक दादा जी शिकारी कुत्ते रखण का शौक रखते हैं। आ देख लै नल कटारे वाला यह नौजवान निका उत्तम जिहड़ा जिले जलंधर वाला जफा मारदा होया खाई दे वल्लों चल नौजवान आई दी धरती है जिवें कहिंदे ने भी पत्तो कोले खाई सुनी दी खाई कोले दीना ताए मन मोलिया वे कौटी दिया शौकीना ताए मन मोलिया वे। नरपाल सिंह जी मुबारकबाद अगले साल के पूरे इनामा की और मुबारकबाद है क्योंकि तुसी संता महापुरशां दी याद नूं ताजा रखिया है। उधरले पासे संत बाबा गुरदीप सिंह जी वह भी जिहड़े बहुत ही सत्कार दे योग ने साडे लई उह विशेष तौर ते पुज्जे ने धन्नवाद है। इधरले पासे मैं गल करांगा कबड्डी दी कुलदीप सिंह कीपा नाओ भलूर पिंड है इस खिडारी का छोटी उम्र बड़ियां मल्लां मार जांदा है। इको नहीं एक परिवार दे विच दो भाई ने और मानका जिहड़ा वजा होया टच डलपुरे दी धरती दा देव ऐलान करदा है कि पॉइंट जिहड़ा कुलदीप सिंह दे हिस्से दे विच जांदा होया और जिवें कहिंदे ने भी मार दो ताड़ियां भाना कहिंदा निरभय सिंह ताई बह जा मैच वेख के जाई लोकी डट गए थाई ताई चल पिया पेड़ हसाना दा भाना जी केड़ा कापल जांदा चुक गया अज लग जू पता जवाना दा बल्लो बल्लो हो गई है। एक पासे जाफी आ देख ला दगोर माने दी धरती दा ए खतरनाक सेवक सिंह मेरे वीरो बलहारे जावा बल्ले बल्ले हो गई है के खड़का तड़का करदे रहना जीतिया अज कम पंजाबियां दा और अंक धावी दे हिस्से दे विच जांदा होया जोड़ा 11 ते 12 फरवरी नूं कबड्डी टूरनामेंट शहीद बाबा तेगा सिंह जी धरती चंदप्राणा विखे करवाया जा रहा है। उत्थे कहिंदे वी जिहड़ा 12 तरीक नूं जिस तरह साडे हले तक पूरा कंटैक्ट नहीं हो सकिया पर साडे जिहड़े उहनां दे नाल रिलेशन जिहड़े असीं बना रहे सियोरा लियोन दी टीम जिहड़ी वर्ल्ड कप खेडी है उह टीम दा इक शो मैच जिहड़ा शायद असीं तुहानूं उस खेड मेले ते दिखाईए और वह जरा मैच होगा वो साढ़े वीर मनजिंदर सीपा जी और कमल वैरो के इन्हें ड्यूटी लगी है भी किस तरह खिडारियों की एक टीम जरा एक यादगारी इंटरनेशनल पद्धर का शो मैच भी तुहाड़ी नजर करांगे जी 11-12 फरवरी चंद पुराने दे खेड मेले से। हाँ जी धन्यवाद जी। एक पास मैं देखता भी आओ देख ला भी मेरी नल कटारे वाला जलंधर जिले का दुआबी मेरे वीरों ताड़ियां मार दो नौजवान के लिए के उत्तम जिहड़ा जफा लाउंदा होया खाई पिंड दे लई गुरशरण सिंह बाला मानक वर्गे नौजवान लखवीर वर्गे खिडारी और आ देख लै भी उच्च कोटी का तावी अगली कबड्डी पाउण दे लई मैदान दे विच वधदा होया के सबर सिदक की गल है पंजाबी वीरो आ देख लै भी बिल्लिया चाह की चुस्की लै ला नाल कबड्डी का मैच देख लै उधरले पासे निरभय सिंह जी मुस्कुराउंदे ने नाल कहिंदे आ भाना भी खुश है गुरसेवक सिंह जी गुल्ला प्यार दे नाल उहना कह जांदे आ जिवें कहिंदे ने भी कैलगरी का मैच होवे एडमिंटन दे कबड्डी कप होण गुल्ला जी नूं आम बड़े प्यार सत्कार सानूं दिंदे नूं बड़ा माण आ जांदा सानूं देख के भी अज साडे इलाके की जिहड़ी शान खड़ी है। चल भी नौजवान पा अगली कबड्डी खाई दी धरती दा रेडर प्यारा खाई दी धरती दा ए रेडर प्यारा खेडदा कबड्डी देव आउंदा है नजारा खेडदा कबड्डी देव आउंदा है नजारा मां खेड कबड्डी दा ए गुरशरण सिंह सुरजीत सिंह दा पुत्तर जिवें कहिंदे ने भी टॉप दे जफे लाउण दी गल करदा होया मैदान दे विच दगो रमाणा पिंड है मेरे वीरो बिल्कुल वाबा फरीद दे जिले फरीदकोट दी बुक्कल दे विच आ देख लै ए पलूर पिंड वाला कीपा लगदा प्यारा बई खेडदा कबड्डी उहदा वखरा नजारा बई काके नाल लैके लोहा भजदा बड़ा खेड कबड्डी विच आओ देख कीपा नचदा बड़ा आओ देख कीपा नचदा बड़ा। चल नौजवान पा अगली कबड्डी खाई दी धरती दा हीरा बिल्ला कहिंदा भी टाइयां तुहाडे सामने कढ़ियां हर एक खिडारी नूं किसे तरह दी लल्ला खका नहीं होण दित्ता पर जिहड़ा मैच रल के नहीं खेडना मैच जिहड़ा टॉप दा खेडना है उधरले पासे सत्कार दे योग अंकल जी जसमेल सिंह जी ठट्टी भाई जिंदगी दे बहुत ही नेड़े होके मिलन वाले ओ अंकल ने जिन्होंने बड़ा प्यार दिता अपने बच्चे जसविंदर नूं सारे बैठ जाण क्योंकि साडे दर्शकां नूं कोई दिस नहीं रिहा गा जिवें कहिंदे ने प्लेयर है जिवें कहिंदे ने भी कुछ गल्लां कुछ बातां गुप्त होंदियां ने पर जिहड़े सत्कार योग अंकल जी दे नाल प्यार मिलदा है उहदा नजारा ही वखरा है। इस मैच दे विचों सतनाम सिंह दे लास्ट पॉइंट ने ऐलान कर दिता है कि दगो रमाणा इस मैच दे विचों जेतू है दगो रमाणा इस मैच दे विचों जेतू है। इंदगढ़ बी ते साफू वाला इन्हां टीमां दा जिहड़ा मुकाबला शुरू होण लग्या है इंदगढ़ बी ते साफू वाला इन्हां टीमां दा जिहड़ा मुकाबला शुरू होवेगा और जिहड़े स्कोर सुन लो वड्डे वीर
ਸਾਡੇ ਕੋਲੇ ਹੈਗਾ ਪਲੇਅਰ ਪਹੁੰਚ ਜੇ ਸੈਮੀ ਫਾਈਨਲ ਦੀਆਂ। ਦਿਲਬਾਗ ਜੀ ਸਾਢੇ ਪੰਜ ਪੁਆਇੰਟ ਨੇ ਖਾਈ ਦੇ ਤੇ ਡੱਗੋ ਰਮਾਣਾ ਦੇ ਜਿਹੜੇ 8 ਪੁਆਇੰਟ ਨੇ ਇਸ ਮੈਚ ਦੇ ਵਿੱਚੋਂ ਡੱਗੋ ਰਮਾਣਾ ਫਰੀਦਕੋਟ ਜ਼ਿਲ੍ਹੇ ਦੇ ਖਿਡਾਰੀ ਜਿਹੜੇ ਜੇਤੂ ਨੇ। ਬਾਈ ਵਾਹ ਵਜਨ ਤਾਲੀਆਂ ਜਦੋਂ ਸੁਵਿੰਦਰ ਜੀ ਇੱਕ ਮਿੰਟ ਨਾਲ ਹੀ ਸਾਡੇ ਵੀਰ ਜੀਤਾ ਜੀ ਇੱਕ ਹੋਰ ਨੋਟ ਕਰੋ ਸਾਡੇ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇ ਵਾਲੇ ਬਖੂਹੇ ਵਾਲੇ ਆਖਦੇ ਵੀ ਜਿਹੜੀ ਟੀਮ ਇਸ ਵਰੇ ਇਹ ਰੋਡਿਆਂ ਦਾ ਖੇਡ ਮੇਲਾ ਜਿੱਤਦੀ ਹੈ ਔਰ ਆਉਂਦੇ ਵਰੇ ਵੀ ਜਿਹੜੀ ਟੀਮ ਇਹ ਰੋਡਿਆਂ ਦਾ ਖੇਡ ਮੇਲਾ ਉੱਪਣ ਦੀ ਜਿੱਤੇਗੀ ਲਗਾਤਾਰ 2 ਸਾਲ ਜਿੱਤਣ ਵਾਲੀ ਟੀਮ ਦੇ ਲਈ ਘੋੜਾ ਹੋਵੇਗਾ ਜੀ। ਲਗਾਤਾਰ 2 ਸਾਲ ਜਿੱਤਣ ਵਾਲੀ ਟੀਮ ਲਈ ਇੱਕ ਨੁਗਰੇ ਘੋੜੇ ਦੇ ਨਾਲ ਮਾਣ ਸਨਮਾਨ ਹੋਵੇਗਾ ਜੇਤੂ ਟੀਮ ਦਾ। ਕਿਆ ਬਾਤਾਂ ਨੇ, ਸੰਤਾਂ ਮਹਾਂਪੁਰਸ਼ਾਂ ਦੀ ਗੱਲ ਵੱਖਰੀ ਹੈ। ਜਿਵੇਂ ਕਹਿੰਦੇ ਨੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ, ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ। ਅੱਜ ਸੰਤਾ ਜੀ ਦੀ ਗੱਲ ਹੈ ਕਿ ਨੁਕਰੇ ਘੋੜਿਆਂ ਦੀ ਗੱਲ ਕਿਹੜੀ ਕਰਦੇ ਹੋ ਬਾਬਾ ਜੀ, ਹੋਰਾਂ ਨੇ ਤਾਂ ਡੰਡਾ ਤੋਂ ਖੁਸ਼ ਹੋ ਕੇ ਬਜ਼ੁਰਗ ਨੂੰ ਜੀਪ ਬਖਸ਼ਿਸ਼ ਕਰ ਦਿੱਤੀ ਸੀ ਔਰ ਉਹੀ ਬਾਬਾ ਜੀ ਨੇ ਅੱਜ ਸੰਤ ਬਾਬਾ ਗੁਰਦੀਪ ਸਿੰਘ ਜੀ ਨੁਕਰੇ ਘੋੜੇ ਦੀ ਗੱਲ ਕਰਦੇ। ਬਾਈ ਅਸੀਂ ਸੈਮੀ ਫਾਈਨਲ ਰਾਊਂਡ ਦੀਆਂ ਟਾਈਆਂ ਕੱਢਣ ਲੱਗੇ ਆ, ਜੇ ਕਿਸੇ ਵੀਰ ਨੂੰ ਕੋਈ ਇਤਰਾਜ਼ ਆ ਇੱਕ ਇੱਕ ਪਲੇਅਰ ਸਾਡੇ ਕੋਲੇ ਆ ਜਾਏ ਸੈਮੀ ਫਾਈਨਲ ਰਾਊਂਡ ਦੀਆਂ, ਪਰ ਜੇ ਸਾਨੂੰ ਪਤਾ ਲੱਗ ਗਿਆ ਜਿਹੜੀ ਟੀਮ ਰਲ ਕੇ ਖੇਡਦੀ ਆ ਦੋਨੇ ਟੀਮਾਂ ਸਕ੍ਰੈਚ ਕਰ ਦੇਣੀਆਂ, ਮੈਚ ਸਟਾਰਟ ਹੋਣ ਤੋਂ ਪਹਿਲਾਂ ਦੋਨੇ ਟੀਮਾਂ ਨੂੰ ਸੌਂਹ ਖਵਾਈ ਜਾਣੀ ਆ ਗਰਾਊਂਡ ਦੇ ਵਿੱਚ। ਪੰਜਾਬੀ ਵੀਰੋ ਸਾਪੂ ਵਾਲੇ ਦੀ ਟੀਮ ਜਿਹੜੀ ਸੰਤਾਂ ਮਹਾਂਪੁਰਸ਼ਾਂ ਦੇ ਖੇਤਾਂ ਵਾਲੇ ਪਾਸੇ ਜੇ ਗੱਲ ਕਰੀਏ ਤਾਂ ਇੰਦਗੜ ਪਿੰਡ ਹੈ ਮੋਗੇ ਜ਼ਿਲ੍ਹੇ ਧਰਮਕੋਟ ਦਾ ਏਰੀਆ। ਪਹਿਲੀ ਕਬੱਡੀ ਕੌਣ ਪਾਵੇਗਾ, ਪਹਿਲਾ ਜੱਫਾ ਕੌਣ ਲਾਵੇਗਾ, ਟੀਮਾਂ ਨੂੰ ਕਿਰਾਇਆ ਦੇਣਾ। ਔਰ ਜਿਵੇਂ ਕਹਿੰਦੇ ਨੇ ਭਾਨਾ ਜੀ ਇੰਦਰਜੀਤ ਮੁੱਲਾਪੁਰੀਏ ਦੇ ਨਾਲ, ਜਿਵੇਂ ਕਹਿੰਦੇ ਨੇ ਲਖਵੀਰ ਹੀਰਾ ਭਿੰਡਰਾਂ ਵਾਲੇ ਦੇ ਨਾਲ, ਭਾਈਆਂ ਵਾਲਾ ਪਿਆਰ ਹੈ ਤੇਰਾ, ਆਹ ਦੇਖ ਲੈ ਪਹਿਲੀ ਕਬੱਡੀ ਪਾਉਣ ਦੇ ਲਈ ਇੰਦਗੜ ਦੇ ਵੱਲੋਂ ਗੋਪੀ ਗੋਪੀ ਰੋਡੇ ਵਰਿੰਦਰ ਦੋਦਰ ਦੇ ਨਾਲ ਆ ਕੇ ਸਟੇਜ ਦੇ ਨੇੜੇ ਸੰਪਰਕ ਕਰੇ ਗੋਪੀ ਰੋਡੇ 15-16 ਤੇ 17 ਜਿਹੜੇ ਜਨਵਰੀ ਜੰਡ ਸਾਹਿਬ ਦੇ ਗੁਰਦੁਆਰਾ ਆਪਣਾ ਭਗਤ ਭਾਈ ਦੇ ਲਾਗੇ ਜੰਡ ਸਾਹਿਬ ਦੇ ਖੇਡ ਮੇਲੇ ਦੀਆਂ ਤਰੀਕਾਂ ਨੇ। ਹਾਂਜੀ 31 ਦੇ 41 ਨਾਮ ਹੈ ਜੀ ਓਪਨ ਦੇ। ਹਾਂਜੀ ਜਸਵਿੰਦਰ ਜੀ ਧੰਨਵਾਦ ਹੈ ਮੇਰੇ ਵੀਰਾਂ, ਛੋਟਾ ਕੱਦ ਹੈ ਭਾਵੇਂ ਇਸ ਨੌਜਵਾਨ ਦਾ, ਪਿੰਡਾ ਨਾਉ ਹੈ ਖਿਡਾਰੀ ਦਾ, ਮੇਰੇ ਵੀਰੋ ਸਾਪੂ ਵਾਲੇ ਪਿੰਡ ਜਿੱਥੋਂ ਦਾ ਗੇਜਾ ਮਸ਼ਹੂਰ ਖਿਡਾਰੀ ਹੈ ਉਸ ਪਿੰਡ ਦਾ, ਆਹ ਪਿੰਡਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਟੂਰਨਾਮੈਂਟ ਦਾ ਪਹਿਲਾ ਸੈਮੀ ਫਾਈਨਲ ਮੈਚ ਚੋਲਾ ਸਾਹਿਬ ਵਰਸਸ ਮਾੜੀ ਮੁਸਤਫਾ। ਮਾੜੀ ਮੁਸਤਫਾ ਜਿਵੇਂ ਕਹਿੰਦੇ ਨੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਮੇਰੇ ਵੀਰੋ, ਬਿਲਕੁਲ ਜਸਮੇਲ ਸਿੰਘ ਜੀ ਠੱਠੀ ਭਾਈ ਵਾਲੇ ਉਹਨਾਂ ਦੇ ਪਿੰਡ ਦੇ ਲਾਗੇ ਦੀ ਗੱਲ, ਮਾਝੇ ਦੇ ਚੋਲਾ ਸਾਹਿਬ ਦੇ ਨਾਲ ਹੋਵੇਗਾ ਤਰਨ ਤਾਰਨ ਜ਼ਿਲ੍ਹੇ ਦੇ ਨਾਲ। ਡੱਗੋ ਰਮਾਣਾ ਵਰਸਸ ਦੋਨਾਂ ਦੇ ਜੇਤੂ, ਇਹਨਾਂ ਦੇ ਵਿੱਚੋਂ ਜਿਹੜੀ ਵੀ ਜਿੱਤੇਗੀ ਦੂਸਰਾ ਸੈਮੀ ਫਾਈਨਲ ਮੈਚ ਡੱਗੋ ਰਮਾਣੇ ਦੇ ਨਾਲ ਹੋਵੇਗਾ। ਮਲੇਸ਼ੀਆ ਵਾਲਾ ਸੁਖਪ੍ਰੀਤ ਇਸ ਨੌਜਵਾਨ ਦੇ ਲਈ ਬੁਲਟ ਮੋਟਰਸਾਈਕਲ ਦਾ ਘੱਲ ਖੁਰ ਤੇ ਖੇਡ ਮੇਲੇ ਤੇ ਐਲਾਨ ਕਰ ਚੁੱਕਿਆ, ਇਹ ਬੱਬੂ ਹੈ ਮੁੱਦਗੀ ਪਿੰਡ ਵਾਲਾ। ਚੱਲ ਨੌਜਵਾਨਾਂ ਗੋਰਾ ਰੰਗ ਨੌ ਗੋਰਾ ਭਾਨਿਆ, ਬਿਲਕੁਲ ਰੰਗ ਤੇਰੇ ਵਰਗਾ, ਕਹਿੰਦੇ ਨੇ ਛੋਟਾ ਕੱਦ ਹੈ ਇੱਕ ਪਾਸੇ ਸਾਫੂ ਵਾਲੇ ਪਿੰਡ ਦਾ ਕਬੱਡੀ ਖਿਡਾਰੀ, ਉਧਰਲੇ ਪਾਸੇ ਨਰਪਾਇ ਸਿੰਘ ਜੀ ਇਸ ਪਿੰਡ ਦੇ ਮਾਣ ਨੇ, ਜਿੱਥੇ ਸਰਦਾਰ ਤੇਜਾ ਸਿੰਘ ਜੀ ਬਰਾੜ ਦਾ ਨਾਂ ਪੂਰੀ ਦੁਨੀਆਂ ਦੇ ਵਿੱਚ ਰੋਸ਼ਨ ਦੇਖਣਾ ਚਾਹੁੰਦੇ ਨੇ। ਆਹ ਦੇਖ ਲੈ ਵੀ ਮਾਂ ਖੇਡ ਕਬੱਡੀ ਦੇ ਵਿੱਚ ਇਹ ਬਗੀਚਾ ਇੰਦਗੜ ਦਾ ਖੇਡ ਕਬੱਡੀ ਵਿੱਚ ਉੱਡਦੇ ਪਰਿੰਦਿਆਂ ਨੂੰ ਰਹਿੰਦਾ ਯਾਰੋ ਫੜਦਾ, ਇਹਨੂੰ ਆਖਦੇ ਬਗੀਚਾ ਇੰਦਗੜ ਦਾ ਇੱਕ ਅੰਕ ਜਿਹੜਾ। ਬਈ ਵਾਹ, ਇਹ ਅੰਕ ਰੇਡਰ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ। ਵਜਨ ਤਾੜੀਆਂ ਜਦੋਂ ਵੀ ਜੀਤੀ ਜੱਫਾ ਲਾਉਂਦਾ ਏ, ਮਾਰ ਕੇ ਥਾਪੀ ਸੁਰਖਪੁਰੀਆ ਅੱਜ ਨੰਬਰ ਲਿਆਉਂਦਾ ਏ। ਖੜਖੜ ਲੋਕੀ ਗੱਲਾਂ ਕਰਦੇ ਨੇ ਬਿੱਟੂ ਦਿਗਾਲ ਦੀਆਂ, ਵਿੱਚ ਵਿਦੇਸ਼ਾਂ ਤੋਂ ਮਾਂ ਪਈਆਂ ਨੇ ਗੁਰਲਾਲ ਦੀਆਂ। ਨਾਲ ਹੀ ਦਲਵਿੰਦਰ ਧਾਨਾ ਜੀ ਵੈਰੋ ਕੇ ਬਗੀਚੇ ਇੰਦਗੜੀਏ ਦੇ ਹਰ ਇੱਕ ਜੱਫੇ ਦਾ ਜੀ 500 ਰੁਪਇਆ। ਔਰ ਪਹਿਲੇ ਸੈਮੀ ਫਾਈਨਲ ਮੈਚ ਦੇ ਲਈ ਚੋਲਾ ਸਾਹਿਬ ਤੇ ਮਾੜੀ ਮੁਸਤਫਾ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜ ਜਾਣ, ਚੋਲਾ ਸਾਹਿਬ ਤੇ ਮਾੜੀ ਮੁਸਤਫਾ। ਚੱਲ ਬਈ ਨੌਜਵਾਨਾਂ ਪਾ ਕਬੱਡੀਆਂ, ਪਿੰਡਾ ਹੈ ਨਾ ਖਿਡਾਰੀ ਦਾ,
छापू वाला पिंड है जिले मोगे का मशहूर खिडारी गेजे के पिंड का यह खिडारी जिथों का मेरे वीरो गगन खिडारी बहुत चोटी का होया उस पिंड पिंदा कबड्डी पाके वापस मुड़ता होया भाई जिंदर मीत प्रधान जिथे भी है टीम कराया देना जल्दी से जल्दी निकी स्टेज से पहुंचे उधरले पासे कौडी खिडारी ਸਾਡੇ ਬਹੁਤ ਹੀ ਸਤਿਕਾਰਯੋਗ ਸੁਖਾ ਤਖਤਪੁਰੀਆ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਗੋਪੀ ਕੌਡੀ ਖਿਡਾਰੀ ਜਲਦੀ ਜਲਦੀ ਸਾਨੂੰ ਸਟੇਜ ਤੇ ਆ ਕੇ ਮਿਲੇ ਗੋਪੀ ਨਾਲ ਹੀ ਜਿੰਦਰ ਚੱਲ ਆਉਂਦੇ ਨਾ ਆ ਦੇਖ ਲੈ ਬੁੱਧ ਕੀਤੀ ਧਰਤੀ ਦਾ ਬੱਬੂ ਐਵੇਂ ਨਹੀਂ ਬਾਬਾ ਗੁਰਦੀਪ ਸਿੰਘ ਜੀ ਐਡਮਿੰਟਨ ਦੇ ਵਿੱਚ ਇਸ ਨੌਜਵਾਨ ਨੇ ਬਾਬਾ ਫਰੀਦ ਇੰਟਰਨੈਸ਼ਨਲ ਕਬੱਡੀ ਕਲੱਬ ਦੇ ਵੱਲੋਂ ਟੌਪ ਦੀਆਂ ਕਬੱਡੀਆਂ ਪਾਈਆਂ 2010 ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਵਧੇਗਾ ਪਿੰਡਾ ਨੌ ਇਸ ਖਿਡਾਰੀ ਦਾ ਪਾਨਿਆ ਕਹਿੰਦੇ ਨੇ ਪਤਾ ਲੱਗ ਜਾਵੇਗਾ ਇਹ ਖੇਡ ਕਬੱਡੀ ਦੇ ਵਿੱਚ ਖਾਧੀ ਹੋਈ ਚੂਰੀ ਦਾ ਮੁੱਲ ਕੌਣ ਪਾਵੇਗਾ ਆਹ ਦੇਖ ਲੈ 500 ਰੁਪਈਏ ਦੀ ਗੱਲ ਹੋ ਗਈ ਹੈ ਵੈਰੋਕਿਆਂ ਵਾਲੇ ਭਾਨੇ ਨੇ ਨੋਟ ਨੂੰ ਵੀ ਹੱਥ ਪਾਲਿਆ ਇਧਰਲੇ ਪਾਸੇ ਬਗੀਚੇ ਨੇ ਕਮਾਲ ਕਰ ਦਿੱਤੀ ਹੈ ਕਿ ਬਗੀਚਾ ਰੌਂਦੇ ਵਾਲਾ ਫੌਜੀ ਤੇ ਬਗੀਚਾ ਇੰਦਗੜ ਦਾ ਕਹਿੰਦੇ ਕਹੁੰਦੇ ਧਾਵੀਆਂ ਨੂੰ ਮੈਦਾਨ ਵਿੱਚ ਫੜਦਾ ਕਹਿੰਦੇ ਕਹੁੰਦੇ ਧਾਵੀਆਂ ਨੂੰ ਜਿੱਤਿਆ ਮੈਦਾਨ ਵਿੱਚ ਫੜਦਾ ਆਹ ਦੇਖ ਲੈ ਵੀ ਅੰਕ ਜਿਹੜਾ ਲਖਤ ਅਲੀ ਬਿੱਲੇ ਗਾਲਬ ਨੇ ਅੰਕ ਜਿਹੜਾ ਦੇ ਦਿੱਤਾ ਮੇਰੇ ਵੀਰੋ ਜਾਫੀ ਨੂੰ ਔਰ ਉਧਰਲੇ ਪਾਸੇ ਦਿਆਲਪੁਰੇ ਦੀ ਧਰਤੀ ਦਾ ਦੇਵ ਕਹਿੰਦਾ ਵੀ ਜਿੰਦੂਆ ਆਹ ਕਬੱਡੀ ਗੁਰਸੇਵਕ ਸਿੰਘ ਗੁੱਲਾ ਖੁਸ਼ ਹੈ ਉਧਰਲੇ ਪਾਸੇ ਜੱਟ ਮੁੱਛਾਂ ਦੇ ਹੱਥ ਫੇਰਦਾ ਨਰ ਪਾਏ ਹੋ ਗੱਲਾਂ ਹੋ ਗਈਆਂ ਨੇ ਵੱਖਰੀਆਂ ਕਿ ਗੱਲਾਂ ਹੋਣਗੀਆਂ ਅੱਜ ਮੁਗਲ ਸਰਕਾਰ ਲੱਦੀ ਨੇ ਜਦੋਂ ਦੁੱਲਾ ਜੰਮਿਆ ਮੇਰੇ ਮੌਲਾ ਤੇਰੇ ਰੰਗਣੇ ਨਿਆਰੇ ਲੱਦੀ ਨੇ ਜਦੋਂ ਦੁੱਲਾ ਜੰਮਿਆ ਗੱਲਾਂ ਹੁੰਦੀਆਂ ਮੁਗਲ ਸਰਕਾਰੇ ਹਾਲੇ ਧਾਵੀ ਦਾ ਚੱਲ ਆਉਂਦੇ ਨਾ ਪਾ ਕਬੱਡੀਆਂ ਗੋਰਾ ਨੌ ਹੈ ਇਸ ਖਿਡਾਰੀ ਦਾ ਰੰਗ ਗੋਰਾ ਇਹਦਾ ਨੌ ਗੋਰਾ ਖੇਡ ਕਬੱਡੀ ਦੇ ਵਿੱਚ ਡਰਦਾ ਨਹੀਂ ਪੋਰਾ ਖੇਡ ਕਬੱਡੀ ਦੇ ਵਿੱਚ ਜ਼ੁਰਤ ਵਿਖਾ ਕੇ ਆਵੇਗਾ ਪੁਆਇੰਟ ਦੇ ਕੇ ਜਾਂ ਲੈ ਕੇ ਆਵੇਗਾ ਇੱਕ ਪਾਸੇ ਜਾਫੀ ਵੀ ਕਮਾਲ ਔਰ ਉਧਰਲੇ ਪਾਸੇ ਨੌਜਵਾਨਾਂ ਦਰਸ਼ਕਾਂ ਵੀ ਕੌਣ ਹੈ ਜਾਫੀ ਗਿੱਲ ਇਹਦਾ ਨਾਂ ਹੈ ਗਿੱਲ ਕਹਿੰਦਾ ਰੇਡਰ ਨੂੰ ਹਿੱਲ ਜੱਫੇ ਏਦਾਂ ਹੀ ਲਾਵਾਂਗਾ ਖੇਡ ਕਬੱਡੀ ਦੇ ਵਿੱਚ ਇਹੋ ਜਿਹੇ ਕਮਾਲ ਵਿਖਾਵਾਂਗਾ ਖੇਡ ਕਬੱਡੀ ਦੇ ਵਿੱਚ ਇਹੋ ਜਿਹੇ ਕਮਾਲ ਵਿਖਾਵਾਂਗਾ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਨਾਲ ਹੀ ਇੰਦਗੜ ਦੀ ਬੀ ਟੀਮ ਜੇਤੂ ਮੈਚ ਦੱਗੋ ਰਮਾਣੇ ਦੇ ਨਾਲ ਦੂਸਰਾ ਸੈਮੀ ਫਾਈਨਲ ਮਾੜੀ ਮੁਸਤਫਾ ਤੇ ਚੋਲਾ ਸਾਹਿਬ ਦੀਆਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਪਹਿਲੇ ਸੈਮੀ ਫਾਈਨਲ ਮੈਚ ਦੇ ਲਈ ਇੱਕ ਮਿੰਟ ਦੇ ਵਿੱਚ ਵਿੱਚ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜ ਜਾਣ ਮਾੜੀ ਮੁਸਤਫਾ ਤੇ ਚੋਲਾ ਸਾਹਿਬ ਪਹਿਲੇ ਸੈਮੀ ਫਾਈਨਲ ਮੈਚ ਦੀਆਂ ਟੀਮਾਂ ਨੇ ਇਹ ਬਿਲਕੁਲ ਬਿਨਾਂ ਕਿਸੇ ਦੇਰੀ ਦੇ ਫੌਰੀ ਤੌਰ ਤੇ ਮੈਦਾਨ ਦੇ ਵਿੱਚ ਪੁੱਜ ਜਾਣ ਔਰ ਇਸ ਮੈਚ ਦਾ ਜਿਹੜਾ ਲੇਖਾ ਜੋਖਾ ਹੋਇਆ ਦੀਪਾ ਦੱਸਦਾ ਹੈ ਕਿ ਇਸ ਮੈਚ ਦੇ ਵਿੱਚੋਂ ਇੰਦਗੜ ਦੀ ਬੀ ਟੀਮ ਜਿਹੜੀ ਜੇਤੂ ਹੈ ਹੈਲੋ ਹੈਲੋ ਇੱਕ ਜ਼ਰੂਰੀ ਅਨਾਊਂਸਮੈਂਟ ਹੈ ਸਾਡੇ ਕੋਲ ਵੀਰ ਗੁਰਤੇਜ ਸਿੰਘ ਸਨ ਆਫ ਜੋਗਿੰਦਰ ਸਿੰਘ ਮੋਗੇ ਵਾਲੇ ਜੋ ਕਿ ਇਸ ਪਿੰਡ ਦੇ ਸਰਦਾਰ ਸੁਖਦੇਵ ਸਿੰਘ ਜੀ ਦੇ ਜਵਾਈ ਆ ਉਹਨਾਂ ਵੱਲੋਂ ਅਗਲੇ ਟੂਰਨਾਮੈਂਟ ਦੇ 60 ਕਿਲੋ ਦਾ ਪਹਿਲਾ ਇਨਾਮ ਦਿੱਤਾ ਜਾਊਗਾ ਵੀਰ ਜੀ ਹਾਂਜੀ ਚੋਲਾ ਬਾਈ ਵਾਹ ਤਾੜੀਆਂ ਮਾਰ ਦਿਓ ਵੱਡੇ ਵੀਰ 60 ਕਿਲੋ ਦਾ ਪਹਿਲਾ ਇਨਾਮ ਸਰਦਾਰ ਗੁਰਤੇਜ ਸਿੰਘ ਸਨ ਆਫ ਜੋਗਿੰਦਰ ਸਿੰਘ ਮੋਗੇ ਤੋਂ ਜੋ ਕਿ ਸਰਦਾਰ ਸੁਖਦੇਵ ਸਿੰਘ ਜੀ ਦੇ ਜਵਾਈ ਜੀ ਆ ਬਿੰਦਰ ਸਿੰਘ ਮੁਬਾਰਕਬਾਦ ਹੈ ਵੱਡੇ ਵੀਰ ਨਾਲ ਨਰਪੈਰ ਸਿੰਘ ਜੀ ਨੂੰ ਵੀ ਮੁਬਾਰਕਬਾਦ ਦੇ ਕਿ ਅਗਲੇ ਸਾਲ ਦਾ ਜਿਹੜਾ ਬੱਜਾ ਵਾ ਮੁੱਢ ਐਨ ਸਿਖਰ ਤੇ ਹੋ ਗਿਆ ਜਿਵੇਂ ਕਹਿੰਦੇ ਨੇ ਇੱਕ ਮਾਂ
ਦੀ ਧਰਤੀ ਦੇ ਪਹਿਲੀ ਕਬੱਡੀ ਪਾਉਣ ਦੇ सौ हो गया जी माड़ी वाला सिकंदर जिन्ने पॉइंट लैंदा है ਉਹਨੇ 1100 ਦਲਵਿੰਦਰ ਸਿੰਘ ਜੀ ਧਾਨਾ ਵੈਰੋ ਕਿ ਉਹ ਕਹਿ ਰਹੇ ਨੇ ਵੀ ਅਸੀਂ ਦੇਵਾਂਗੇ ਤੇ ਸਾਡੇ ਵੀਰ ਗੱਜਣ ਵਾਲੀ ਇਹ ਦਿਲਵਾਗ ਲਈ ਡਰੋਲੀ ਭਾਈ ਦੇ ਕੱਪ ਤੇ ਕਹਿੰਦੇ ਹੀਰੋ ਹੋਂਡਾ ਡੀਲਕਸ ਦਿੱਤਾ ਜਾਵੇਗਾ ਇਹਨਾਂ ਭਰਾਵਾਂ ਵੱਲੋਂ ਸਾਡੇ ਵਰਗੇ ਕਮੈਂਟੇਟਰਾਂ ਦੀ ਵੀ ਜਿੱਤੇ ਵੱਡੇ ਮਾਣ ਸਤਿਕਾਰ ਦਿੱਤੇ ਨੇ ਦਿਲਵਾਗ ਦੇ ਲਈ ਭਾਨਿਆ ਵੀਰ ਧੰਨਵਾਦ ਆਹ ਦੇਖ ਲੈ ਵੀ ਚੋਲਾ ਸਾਹਿਬ ਦੀ ਧਰਤੀ ਦੇ ਸੁਖਮਣ ਦੇ ਨਾਲ ਮੁਕਾਬਲਾ ਸਖਤ ਹੋ ਗਿਆ ਮਾੜੀ ਮੁਸਤਫਾ ਦੀ ਟੀਮ ਦੇ ਵਿੱਚੋਂ ਇੱਕ ਅੰਕ ਜਿਹੜਾ ਚੋਲਾ ਸਾਹਿਬ ਦੀ ਧਰਤੀ ਦਾ ਆਹ ਸੁਖਮਣ ਸਪੇਅਰ ਹੈ ਮੇਰੇ ਭਾਈ ਬਹਿ ਜਾਣ ਪਿੱਛੇ ਪ੍ਰੋਬਲਮ ਆਉਂਦੀ ਹੈ ਦਰਸ਼ਕਾਂ ਨੂੰ ਹਾਂਜੀ ਵੱਡੇ ਵੀਰ ਕਰਮਾ ਬਰਾੜ ਹੈ ਨਰਪੈ ਸਿਓ ਤੇਰਾ ਗੋਤੀ ਹੈ ਮੇਰੇ ਵੀਰੋ ਆ ਵੀ ਬਰਾੜਾ ਦਾ ਮੁੰਡਾ ਕਰਮ ਸਿੰਘ ਨਾਉ ਲੋਹਾਮ ਦੀ ਧਰਤੀ ਮੁਦਕੀ ਦਾ ਏਰੀਆ ਜਦੋਂ 155 ਪਾਉਂਡ ਦੀ ਕਬੱਡੀ ਇਸ ਨੌਜਵਾਨ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖੇਡੀ ਐਫ ਸਪੋਰਟ ਸਟੇਡੀਅਮ ਦੇ ਨੋਟਰੀ ਦੇ ਵਿੱਚ ਸਟੇਡੀਅਮ ਦੇ ਵਿੱਚ ਉੱਥੇ ਟੌਪ ਦੀ ਗੱਲ ਹੋ ਗਈ ਇਹ ਕਰਮ ਬਰਾੜ ਲੋਹਾਮ ਦੀ ਧਰਤੀ ਦਾ ਮਾੜੀ ਮੁਸਤਫਾ ਦਾ ਪੁੱਤ ਬਣ ਕਬੱਡੀ ਪਾਉਂਦਾ ਹੋਇਆ ਪਹਿਲੇ ਸੈਮੀਫਾਈਨਲ ਦੇ ਵਿੱਚ ਸਾਡੇ ਦਰਮਿਆਨ ਸਰਦਾਰ ਗੁਰਮੇਲ ਸਿੰਘ ਜੀ ਐਸ ਆਈ ਸਾਹਿਬ ਪੰਜਾਬ ਪੁਲਿਸ ਤੋਂ ਆਏ ਨੇ ਉਹਨਾਂ ਨੂੰ ਅਸੀਂ ਇੱਥੇ ਪਹੁੰਚਣ ਤੇ ਸਮੁੱਚੀ ਸਰਦਾਰ ਤੇਜਾ ਸਿੰਘ ਜੀ ਬਰਾੜ ਸਪੋਰਟਸ ਕਲੱਬ ਵੱਲੋਂ ਜੀ ਆਇਆਂ ਕਹਿੰਦੇ ਆ ਸਰਦਾਰ ਗੁਰਮੇਲ ਸਿੰਘ ਜੀ ਐਸਆਈ ਸਾਹਿਬ ਅੱਜ ਇੱਥੇ ਸਾਡੇ ਅਲਬਰਟਾ ਕੋਆਰਡੀਨੇਸ਼ਨ ਵੱਲੋਂ ਸਾਰੇ ਇਹਨਾਂ ਭਰਾਵਾਂ ਨੂੰ ਜੀ ਆਇਆਂ ਆਖਿਆ ਜਾ ਰਿਹਾ ਹੈ ਬਈ ਵਾਹ ਮਾਝੇ ਦੇ ਤਰਨਤਾਰਨ ਦੇ ਸ਼ਿਕਾਰ ਮਾਛੀਆਂ ਪਿੰਡ ਦਾ ਆ ਮਤਾ ਵੇਖ ਲਓ ਵੀ ਇੱਕ ਭੋਲੇ ਕੇ ਪਿੰਡ ਦਾ ਮਤਾ ਇੱਕ ਸ਼ਿਕਾਰ ਮਾਛੀਆਂ ਦਾ ਮਤਾ ਦੋ ਜਿਹੜੇ ਮਤੇ ਮਸ਼ਹੂਰ ਨੇ ਦੋਵੇਂ ਮਾਝੇ ਦੇ ਵਿੱਚ ਨੇ ਜਸਮੇਲ ਸਿਆ ਆ ਦੇਖ ਲੈ ਵੀ ਸ਼ਿਕਾਰ ਮਾਛੀਆਂ ਦੀ ਧਰਤੀ ਦਾ ਮਤਾ ਕਬੱਡੀ ਪਾਉਣ ਦੇ ਲਈ ਜਿੱਥੋਂ ਦਾ ਪਲਕਾਰਾ ਜਿੰਦਰ ਸਾਡੇ ਦਲਵਿੰਦਰ ਸਿੰਘ ਜੀ ਧਾਨਾ ਵੈਰੋ ਕੇ ਵਾਲੇ ਉਹ ਕਹਿ ਰਹੇ ਨੇ ਅਲਬਰਟਾ ਫੈਡਰੇਸ਼ਨ ਵਾਲੇ ਸਾਡੇ ਸੱਜਣ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵਾਲੇ ਉਹ ਕਹਿੰਦੇ ਨੇ ਵੀ ਰਸ਼ੀਨ ਵਾਲੇ ਕਾਲੇ ਲਈ ਸੁੱਖੇ ਕੰਡਿਆਲ ਲਈ ਔਰ ਗੱਜਣ ਵਾਲੀ ਦੇ ਦਿਲਵਾਗ ਲਈ ਤਿੰਨਾਂ ਵੀਰਾਂ ਲਈ ਮੋਟਰਸਾਈਕਲ ਦਿੱਤੇ ਜਾਣਗੇ ਬਾਜੇਖਾਨੇ ਦੇ ਬਸੰਤ ਨੂੰ ਵੀ ਅਗਲੇ ਸਾਲ ਜਿਹੜਾ ਮੋਟਰਸਾਈਕਲ ਦਿੱਤਾ ਜਾਵੇਗਾ ਤੇ ਗੁਰਸੇਵਕ ਗਿੱਦੜਵਿੰਡੀ ਦੇ ਲਈ ਗੱਡੀ ਦਿੱਤੀ ਜਾਵੇਗੀ ਇਹਨਾਂ ਵੀਰਾਂ ਵੱਲੋਂ ਤਾੜੀਆਂ ਮਾਰ ਦੋ ਵੱਡੇ ਵੀਰ ਜਿਵੇਂ ਕਹਿੰਦੇ ਨੇ ਵੀ ਜਦੋਂ ਲੱਡੂ ਵੰਡਣਗੇ ਸਾਡੀ ਵਾਰੀ ਵੀ ਆਈ ਲੈ ਨਾਲ ਹੀ ਸਾਡੇ ਵੀਰ ਕਹਿ ਰਹੇ ਨੇ ਵੀ ਅਮਨ ਹਠੂਰ ਦੇ ਪਰਿਵਾਰ ਲਈ 1,00,000 ਰੁਪਈਆ ਤੇ ਟੱਟਾਂ ਵਾਲੇ ਜਿਹੜੇ ਖਿਡਾਰੀ ਦੇ ਸੱਟ ਲੱਗੀ ਹੋਈ ਹੈ ਉਹ ਖਿਡਾਰੀ ਲਈ ਵੀ ਕੀਪੇ ਟੱਟਾਂ ਵਾਲੇ ਲਈ ਵੀ ਜਿਹੜੇ 1,00,000 ਰੁਪਈਆ ਦਿੱਤਾ ਜਾਵੇਗਾ ਇਹਨਾਂ ਵੀਰਾਂ ਵੱਲੋਂ ਸਾਡੇ ਵੀ ਦਲਵਿੰਦਰ ਸਿੰਘ ਜੀ ਧਾਨਾ ਵੈਰੋ ਕੇ ਹਾਂਜੀ ਨੌਜਵਾਨਾਂ ਇੱਕ ਪਾਸੇ ਮੇਰੇ ਵੀਰੋ ਅੰਕ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਭਾਨਾ ਜੀ ਖੁਸ਼ ਨਸੀਬ ਹੋ ਤੁਸੀਂ ਜਿਹਨਾਂ ਨੇ ਵੱਡੇ ਮਾਣ ਸਤਿਕਾਰ ਇਹਨੇ ਕੋ ਕਰ ਦਿੱਤੇ ਨੇ ਅਗਲੀ ਕਬੱਡੀ ਪਾਉਣ ਦੇ ਲਈ ਚੱਲ ਨੌਜਵਾਨਾਂ ਬਰਾੜ ਪਰਿਵਾਰ ਦਾ ਕਰਮਾ ਚੱਲ ਗੱਭਰੂ ਆਪਾ ਦੇ ਕਬੱਡੀ ਚੱਕਰ ਦੀ ਧਰਤੀ ਦਾ ਕਰਮਾ ਵੇਖਿਆ ਖੇਡ ਕਬੱਡੀ ਦੇ ਵਿੱਚ ਕਹਿੰਦੇ ਨੇ ਵਰਮਾ ਦੇਖਿਆ ਐ ਕਮਾਲ ਦੀ ਖੇਡ ਸੀ ਉਸ ਖਿਡਾਰੀ ਦੀ ਆ ਡਾਕਟਰ ਸਾਹਿਬ ਨੂੰ ਵੀ ਮਾਣ ਸਨਮਾਨ ਹਾਂਜੀ ਸਾਡੇ ਵੀਰ ਡਾਕਟਰ ਨੂੰ ਜਗਦੇਵ ਸਿੰਘ ਜੀ ਯੂਐਸਏ ਤੇ ਸਿਕੰਦਰ ਸਿੰਘ ਜੀ ਯੂਐਸਏ ਵਾਲੇ ਕਹਿ ਰਹੇ ਨੇ ਵੀ ਆਉਂਦੇ ਸਾਲ ਨੂੰ ਟੈਂਟ ਦੀ ਜਿੰਨੀ ਵੀ ਸੇਵਾ ਹੋਵੇਗੀ ਇਹਨਾਂ ਵੀਰਾਂ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ ਜਗਦੇਵ ਸਿੰਘ ਜੀ ਯੂਐਸਏ ਤੇ ਸਿਕੰਦਰ ਸਿੰਘ ਜੀ ਯੂਐਸਏ ਤਾੜੀਆਂ ਮਾਰਦੇ ਇੱਕ ਵਾਰੀ ਇਹਨਾਂ ਵੀਰਾਂ ਲਈ ਵੀ ਕੀ ਬਾਤਾਂ ਨੇ ਉਵੇਂ ਜਿਵੇਂ ਮਾਂ ਖੇਡ ਕਬੱਡੀ ਦੇ ਮੈਦਾਨ ਦੀ ਗੱਲ ਹੋ ਗਈ ਹੈ ਚੋਲਾ ਸਾਹਿਬ ਪਿੰਡ ਹੈ ਸੁਖਮਣ ਨਾਉ ਮੇਰੇ ਵੀਰੋ ਕਦੇ ਲਲਹੇੜੀ ਦੇ ਲਈ ਖੇਡਿਆ ਕਦੇ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਕਹਿੰਦੇ ਨੇ ਟੌਪ ਦੀ ਖੇਡ ਖੇਡੀ ਕਦੇ ਕੈਨੇਡਾ ਦੇ ਵਿੱਚ ਅਸ਼ਕੇ ਕਰਵਾ ਦਿੱਤੀ ਇਹ ਚੋਲਾ ਸਾਹਿਬ ਪਿੰਡ ਦਾ ਤਰਨ ਤਾਰਨ ਜ਼ਿਲ੍ਹੇ ਦਾ ਮਾਝੇ ਜਿੱਥੇ ਸਾਡੇ ਵੀ ਦਲਵਿੰਦਰ ਸਿੰਘ ਜੀ ਧਾਨਾ ਪੈਰੋ ਕੇ ਸਰਦਾਰ ਚਰਨਜੀਤ ਸਿੰਘ ਜੀ ਔਰ ਸੂਬੇਦਾਰ ਹਰਨੇਕ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਗੂੜੀਆਂ ਰਿਸ਼ਤੇਦਾਰੀਆਂ ਨੇ ਮੇਰੇ ਵੀਰੋ ਵੱਡੇ ਜਿਹੜੇ ਮਾਣ ਕਰ ਰਹੇ ਨੇ ਉਹ ਵੀਰ ਹਾਂਜੀ ਉਹ ਜਿੰਦਰ ਪ੍ਰਧਾਨ ਉਹ ਆਜਾ ਮਾਰ ਮਾਰ ਹਾਂ ਬਗੇ ਯਾਰ ਤੈਨੂੰ ਟੀਮਾਂ ਨੂੰ ਕਰਾਇਆ ਦੇਣਾ ਉਹ ਸਿਰ ਤੇ ਖੜੀਆਂ ਚੱਲ ਨੌਜਵਾਨਾਂ ਪਾ ਦੇ ਕਬੱਡੀ ਤੇ ਵਿਖਾ ਦੇ ਜੁਰਤਾ ਹੈ ਕੱਦ ਕਾਠ ਵੀ ਮੁੰਡੇ ਦਾ ਪੂਰਾ ਖੇਡ ਦੇ ਵਿੱਚ ਵੀ ਕਹਿੰਦੇ ਨੇ ਘੈਂਟ ਔਰ ਖੇਡ ਕਬੱਡੀ ਦਾ ਵੀ ਸਦਾਈ ਮੇਰੇ ਵੀਰੋ ਖੋਡੀ ਪਾਉਣ ਦੇ ਲਈ ਇਹ ਚੋਲਾ ਸਾਹਿਬ ਦੀ ਧਰਤੀ ਦਾ ਸੁਖਮਨ ਗੁਰੂਆਂ ਦੀ ਨਗਰੀ ਹੈ ਮੇਰੇ ਵੀਰੋ ਗੁਰੂਆਂ ਦੀ ਚਰਸ਼ੋ ਪ੍ਰਾਪਤ ਧਰਤੀ ਦਾ ਸੁਖਮਨ ਪਰ ਜਾਫੀ ਵੀ ਐਂਡ ਕਹਿੰਦੇ ਨੇ ਘੈਂਟ ਕਿ ਜਿੰਦਰਾ ਜੰਗਾਲ ਖਾ ਗਿਆ ਕੁੰਜੀ ਲੈ ਗਿਆ ਦਿਲਾਂ ਦਾ ਜਾਨੀ ਦਰਸ਼ਕੋ ਮਾਰ ਦੋ ਤਾੜੀਆਂ ਇੱਕ ਪਾਸੇ ਗਾਟਰ ਸਰੀਰ ਤੇ ਦੂਜੇ ਪਾਸੇ ਮੁੱਠੀ ਪਰ ਉਹ ਪੱਲੇ 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 ਚੱਕ ਮੇਰੀ ਸਾਡਾ ਨਾਉ ਦੱਸ ਕੀ ਆ ਤੇਰਾ
ਮਾੜੀ ਮੁਸਤਫਾ ਦੀ ਧਰਤੀ ਦਾ ਗੁਰਜੀਤ ਜੱਫੇ ਦਾ 100 ਰੁਪਿਆ ਟੀਐਸਬੀ ਕਲੱਬ ਵੱਲੋਂ ਇਹ ਪਲੇਅਰ ਨੂੰ ਕਿਆ ਬਾਤਾਂ ਨੇ ਤੇਜਾ ਸਿੰਘ ਬਰਾੜ ਸਪੋਰਟਸ ਕਲੱਬ ਦੇ ਵੱਲੋਂ ਵੱਡੇ ਮਾਣ ਸਤਿਕਾਰ ਇਸ ਜਾਫੀ ਦੇ ਲਈ ਮਾੜੀ ਵਾਲੇ ਗੁਰਜੀਤ ਲਈ ਇਸ ਜਾਫੀ ਲਈ 500 ਰੁਪਿਆ ਸਾਡੇ ਵੀ ਦਲਵਿੰਦਰ ਸਿੰਘ ਜੀ ਧਾਨਾ ਵੈਰੋ ਕੇ 500 ਰੁਪਿਆ ਨਾਲ ਜਸਮੇਲ ਸਿੰਘ ਜੀ ਵੱਲੋਂ ਕਹਿੰਦੇ ਨੇ ਵੀ 100 ਰੁਪਏ ਦੇ ਵੱਡੇ ਮਾਣ ਠੱਠੀ ਭਾਈ ਵਾਲੇ ਜਸਮੇਲ ਸਿੰਘ ਜੀ ਵੱਲੋਂ ਚਲੋ ਨੌਜਵਾਨ ਪਾ ਦੇ ਕਬੱਡੀਆਂ ਬਰਾੜਾ ਦਾ ਮੁੰਡਾ ਕਾਕਾ ਕਹਿੰਦੇ ਨੇ ਬਰਾੜਾ ਦਾ ਕਾਕਾ ਫਿਕਰ ਨਾ ਫਾਕਾ ਕਰਮ ਸਿੰਘ ਕਿਹਦਾ ਮੈਦਾਨ ਦੇ ਵਿੱਚ ਪਾਉਂਦਾ ਹੈ ਪਟਾਕਾ ਇੱਕ ਪਾਸੇ ਸੁਖਮਨ ਦਾ ਵੱਡਾ ਵੀਰ ਇਹ ਲਲਹੇੜੀ ਦੀ ਧਰਤੀ ਦਾ ਨਹੀਂ ਚੋਲਾ ਸਾਹਿਬ ਵਾਲਾ ਅਰਸ਼ ਤੇ ਦੂਜੇ ਪਾਸੇ ਕਰਮ ਸਿੰਘ ਫਸ ਗਏ ਕੁੰਡੀਆਂ ਦੇ ਪੇੜ ਸਾਨਾ ਦੇ ਨੇ ਹੋਣੇ ਹੈ ਪੇੜ ਸਾਨਾ ਦੇ ਨੇ ਹੋਣੇ ਡੌਲੇ ਫਰਕਨ ਮੁੰਡਿਆਂ ਦੇ ਸਭ ਨੇ ਹਿੱਕ ਦੇ ਜ਼ੋਰ ਦਿਖਾਉਣੇ ਸਿੰਘ ਫਸ ਗਏ ਕੁੰਡੀਆਂ ਦੇ ਪੇੜ ਸਾਨਾ ਦੇ ਨੇ ਹੋਣੇ ਚਲੋ ਨੌਜਵਾਨ ਪਾ ਅਗਲੀ ਕਬੱਡੀ ਮਾਂ ਖੇਡ ਕਬੱਡੀ ਦਾ ਇਹ ਸ਼ੁਦਾਈ ਜਿੱਤਿਆ ਆਹ ਦੇਖ ਲੈ ਕੌਡੀ ਪਾਉਣ ਦੇ ਲਈ ਮੱਤਾ ਇੱਕ ਮਿੰਟ ਬਾਈ ਜੀ ਜਿਹੜੇ ਮਾੜੀ ਵਾਲੇ ਜਾਫੀ ਨੇ ਜੱਫਾ ਲਾਇਆ ਸੀ ਪੂਰੀ ਵਾਲੇ ਮਹਾਂਪੁਰਸ਼ਾਂ ਵੱਲੋਂ 100 ਰੁਪਿਆ ਉਸ ਜਾਫੀ ਲਈ ਆ ਉਸ ਸਟੇਜ ਤੋਂ ਆ ਕੇ ਲੈ ਲਵੇ ਮੇਰਾ ਵੀਰ ਗੁਰਜੀਤ ਗੁਰਜੀਤ ਮਾੜੀ ਦੇ ਲਈ 100 ਰੁਪਿਆ ਪੂਰੀ ਵਾਲੇ ਮਹਾਰਾਜ ਮਹਾਂਪੁਰਸ਼ਾਂ ਵੱਲੋਂ ਦਿੱਤਾ ਜਾ ਰਿਹਾ ਹੈ ਦਲਵਿੰਦਰ ਸਿੰਘ ਜੀ ਧਾਨਾ ਵੈਰੋ ਕੇ ਕਹਿ ਰਹੇ ਨੇ 1100 ਰੁਪਿਆ ਮਾੜੀ ਵਾਲੇ ਸਿਕੰਦਰ ਦੀ ਹਰ ਇੱਕ ਰੇਟ ਤੇ ਹਰ ਇੱਕ ਜਾਫੀ ਲਈ ਵੀ 100 ਰੁਪਿਆ ਕਿਆ ਬਾਤਾਂ ਨੇ ਉਧਰਲੇ ਪਾਸੇ ਭਾਨਾ ਜੀ ਕਹਿੰਦੇ ਨੇ ਕੱਚਾ ਨਾ ਕੱਚਾ ਕਰੋ 500 ਹੀ ਆਉਣ ਦਿਓ ਜਾਫੀ ਦੇ ਲਈ ਵੀ ਬੱਲੇ ਬੱਲੇ ਹੋ ਗਈ ਹੈ ਆਰ ਉਧਰਲੇ ਪਾਸੇ ਜੱਫਾ ਜਿਹੜਾ ਜਸੇ ਨੇ ਲਾ ਦਿੱਤਾ ਹੈ ਇਹ ਮਾੜੀ ਮੁਸਤਫਾ ਦਾ ਨਹੀਂ ਇਹ ਜਸਾ ਚੋਲਾ ਸਾਹਿਬ ਦੀ ਧਰਤੀ ਦਾ ਅੱਜ ਸਿਕੰਦਰ ਨੂੰ ਜੱਫਾ ਲਾ ਕੇ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਾਡਾ ਵੀਰ ਜਗਦੀਪ ਸਿੰਘ ਜੱਗੂ ਆਲਮ ਵਾਲੀ ਉਹ ਕਹਿੰਦਾ ਵੀ ਜਿਹੜਾ ਵੀ ਜਾਫੀ ਆ ਮਾੜੀ ਵਾਲੇ ਸਿਕੰਦਰ ਨੂੰ ਜੱਫਾ ਲਾਵੇਗਾ 200 ਰੁਪਿਆ ਦੇਵਾਂਗੇ ਹਾਂਜੀ ਜੱਸਾ ਲਿਖ ਲਾ ਨਾਮ ਜੱਸੇ ਨੇ ਲਾ ਦਿੱਤਾ ਸਿਕੰਦਰ ਨੂੰ ਹੁਣ ਤੋਂ ਆ ਵੀਰ ਜੀ ਹੁਣ ਤੋਂ ਚੱਲ ਨੌਜਵਾਨ ਜਿਵੇਂ ਕਹਿੰਦੇ ਨੇ ਚੋਲਾ ਸਾਹਿਬ ਦੀ ਧਰਤੀ ਮਾਝੇ ਦੇ ਮਜਾਇਲ ਦਾ ਪਈ ਹੋਈ ਕੌਡੀ ਦੀ ਗੱਲ ਗੁਰਜੀਤ ਸਿਆ 21 ਦੀ 31 ਬਰਾਬਰ ਦੀਆਂ ਭਾਜੀਆਂ ਦੀ ਗੱਲ ਆ ਨਹੀਂ ਰੀਸਾ ਨੌਜਵਾਨ ਕਿ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ ਸਾਡੇ ਸੌਖੀ ਨਹੀਂ ਕਬੱਡੀ ਖੇਡਣੀ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ ਦਲਵਿੰਦਰ ਸਿੰਘ ਜੀ ਧਾਨਾ ਬੈਰੋ ਕੇ ਕਹਿ ਰਹੇ ਨੇ ਵੀ ਮਾੜੀ ਵਾਲਾ ਸਿਕੰਦਰ ਜਿੰਨੇ ਪੁਆਇੰਟ ਲਵੇਗਾ ਸਿਰਫ ਸਿਕੰਦਰ ਲਈ ਆ ਹਰ ਇੱਕ ਪੁਆਇੰਟ ਤੇ 1100 ਰੁਪਇਆ ਜਿੰਨੇ ਪੁਆਇੰਟ ਸਿਕੰਦਰ ਲੈਂਦਾ ਤੇ ਜਾਫੀ ਜਿੰਨੇ ਜੱਫੇ ਲਾਉਣਗੇ ਉਹਨੇ 100-100 ਦੇ ਨੋਟ ਹਾਂਜੀ ਚੱਲ ਨੌਜਵਾਨ ਪਾ ਕਬੱਡੀਆਂ ਇੱਕ ਪਾਸੇ ਭਾਨਾ ਵੈਰੋਕਿਆਂ ਵਾਲਾ ਅੱਜ ਕਹਿੰਦੇ ਨੇ ਵੈਰੋਕੇ ਹੋਈ ਪਈ ਹੈ ਐਵੇਂ ਨੀ ਪਲੇਸ ਦੇ ਵਿੱਚ ਮਿਨੀ ਪੈਕ ਦੇ ਵਿੱਚ ਮਹਿੰਦਰ ਸਿੰਘ ਜੀ ਸਰਾਂ ਵਰਗੇ ਐਮਐਲਏ ਔਰ ਉਧਰਲੇ ਪਾਸੇ ਡਬਲ ਟੱਚ ਦਿਆਲਪੁਰੇ ਦੀ ਧਰਤੀ ਦੇ ਦੇਵ ਦੇ ਵੱਲੋਂ ਵਰਲਡ ਕਬੱਡੀ ਕੱਪ 2012-2011 ਔਰ ਮੇਰੇ ਜਗਮੇਲ ਠੱਠੀ ਵੱਲੋਂ 100 ਰੁਪਇਆ ਦਿਲਬਾਗ ਸਿੰਘ ਗਜਨ ਵਾਲਾ ਤੁਹਾਡੇ ਜਾਫੀਆਂ ਦੇ ਲਈ ਪਹੁੰਚਾਉਣ ਦੇ ਲਈ ਆ ਰਿਹਾ ਹੈ ਔਰ ਇਧਰਲੇ ਪਾਸੇ ਰੈਫਰੀ ਦਾ ਜਿਹੜਾ ਫੈਸਲਾ ਅੰਤਮ ਹੈ 2011-2012 ਦੇ ਵਰਲਡ ਕਬੱਡੀ ਕੱਪਾਂ ਦੇ ਵਿੱਚ ਇਹ ਰੈਫਰਸ਼ਿਪ ਦੀਆਂ ਗੱਲਾਂ ਕਰ ਚੁੱਕਿਆ ਬਾਈ ਵਾਹ ਜਿੱਥੇ ਕਹਿੰਦੇ ਨੇ ਗੁਰਮੇਲ ਸਿੰਘ ਜੀ ਇੰਚਾਰਜ CIA ਸਟਾਫ ਨਿਹਾਲ ਸਿੰਘ ਵਾਲਾ ਉਹਨਾਂ ਦੇ ਨਾਲ ਜੱਗਾ ਘੁਮਿਆਰੇ ਵਾਲਾ ਇਹ ਵੀ ਕਬੱਡੀ ਦਾ ਮਹਾਨ ਖਿਡਾਰੀ ਮੇਰੇ ਮੋਢੇ ਦਾ ਭਾਈ ਵਿਸ਼ੇਸ਼ ਤੌਰ ਤੇ ਪੁੱਜ ਗਿਆ ਉਹਨਾਂ ਦਾ ਧੰਨਵਾਦ ਹੈ ਗੁਰਜੀਤ ਦੇ ਨਾਲ ਸੁਖਮਨ ਦਾ ਮੁਕਾਬਲਾ ਆਹ ਪੱਲੇ 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 ਮਾਝੇ ਵਾਲੇ ਨੇ ਚਲਾ ਕੇ ਮਾਰਿਆ ਜਿਵੇਂ ਕਹਿੰਦੇ ਨੇ ਵੀ ਆਹ ਦੇਖ ਲੈ ਦੁੱਧ ਰਹਿ ਗਿਆ ਗਲਾਸ ਵਿੱਚ ਪਾਇਆ ਵੇ ਗੱਡੀ ਲੈ ਕੇ ਤੁਰ ਵੇ ਗਿਓ ਦੁੱਧ ਰਹਿ ਗਿਆ ਗਲਾਸ ਵਿੱਚ ਪਾਇਆ ਤੇ ਗੱਡੀ ਲੈ ਕੇ ਤੁਰ ਵੇ ਗਿਓ 5 ਫੁੱਟ 7 ਇੰਚ ਦੀ ਗੱਲ ਹੋਵੇਗੀ ਮਾੜੀ ਦੀ ਧਰਤੀ ਦੇ ਸਿਕੰਦਰ ਦੇ ਵੱਲੋਂ ਪੈਂਦੀ ਹੋਈ ਕੱਢੇ ਕਬੱਡੀ ਅਵਤਾਰ ਦੇ ਨਾਲ ਖੜਾ ਅਰਸ਼ ਡੱਕਣ ਦੀ ਜ਼ੁਰਤ ਕਰਦਾ ਹੋਇਆ ਬੱਲੇ 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 ਅੰਕ ਜਿਹੜਾ ਧਾਵੀ ਦੇ ਹਿੱਸੇ 1100 ਰੁਪਇਆ ਭਾਨੇ ਵਾਲਾ ਸਿਕੰਦਰ ਦੇ ਖਾਤੇ ਦੇ ਵਿੱਚ ਰੈਫਰੀ ਦਾ ਜਿਹੜਾ ਫੈਸਲਾ ਅੱਟਾ ਲਾ ਕੇ ਦੇ ਵੀਰੋ ਚੱਲ ਨੌਜਵਾਨ ਮੱਤਾ ਸ਼ਿਕਾਰ ਮਾਸ਼ੀਆਂ ਦੀ ਧਰਤੀ ਹੈ ਮਾਝੇ ਦੇ ਵਿੱਚ ਜਿੱਥੋਂ ਦਾ ਬਲਕਾਰ ਮੇਰੇ ਵੀਰੋ ਕਦੇ ਟੌਪ ਦੇ ਜੱਫੇ ਦੀ ਗੱਲ ਕਰਦਾ ਹੋਇਆ ਆਹ ਦੇਖ ਲੈ ਬਲਕਾਰ ਦੇ ਪਿੰਡ ਦਾ ਆਹ ਮੱਤਾ ਗੁਰਦਾਸਪੁਰੀਆ ਨਹੀਂ ਸ਼ਿਕਾਰ ਮਾਸ਼ੀਆਂ ਪਿੰਡ ਦਾ ਗੁਰਜੀਤ ਜਾਫੀ ਹੈ ਮੇਰੇ ਵੀਰੋ ਟੌਪ ਦੀ ਗੱਲ ਹੋ ਗਈ ਹੈ ਕਮਾਲ ਦੀ ਖੇਡ ਨਾਲ ਪੈਂਦੀ ਹੋਈ ਰੇਡ ਲੱਗਦੇ ਨੇ ਜੱਫੇ ਵਾਹਿਗੁਰੂ ਸੱਚੇ ਪਾਤਸ਼ਾਹ ਇਹੋ ਜਿਹੀ ਖੇਡ ਦੇ ਨਜ਼ਾਰੇ ਵਖਰੇ ਜਗਦੇਵ ਸਿੰਘ ਜੀ ਇੱਕ ਮਿੰਟ ਜੀ ਜਗਦੇਵ ਸਿੰਘ ਜੀ USA ਸਿਕੰਦਰ ਸਿੰਘ ਜੀ USA ਉਹ ਕਹਿ ਰਹੇ ਨੇ ਵੀ ਮਾੜੀ ਵਾਲਾ ਸਿਕੰਦਰ ਜਿੰਨੇ ਪੁਆਇੰਟ ਲਵੇਗਾ ਉਹਨੇ 100 ਦੇਵਾਂਗੇ 100 ਰੁਪਏ ਨਾ ਵੀਰਾਂ ਵੱਲੋਂ 1100 ਰੁਪਏ ਸਾਡਾ ਵੀ ਧਾਨਾ ਵੈਰੋ ਕੇ 1200 ਦੀ ਕਬੱਡੀ ਹੈ ਜੀ ਇਧਰਲੇ ਪਾਸੇ ਮਾੜੀ ਦੀ ਧਰਤੀ ਦਾ ਸਿਕੰਦਰ ਪਿਆਰਾ ਖੇਡਦਾ ਕਬੱਡੀ ਉਹਦਾ ਵੱਖਰਾ ਨਜ਼ਾਰਾ 1600 ਚੋਲਾ ਸਾਹਿਬ ਦੀ ਧਰਤੀ ਦੇ ਮੇਰੇ ਵੀਰੋ ਅਰਸ਼ ਨੇ ਸੁਖਮਨ ਦੇ ਛੋਟੇ ਵੀਰ ਨੇ
के काले पानियों मोड़ नू खत किसने पाया वो बदला ले ली सोने आ जे मादा जाया अंक पीएसबी तेजा सिंह ब्राह्मण स्पोर्ट्स क्लब ने बोले पांच सौ रुपया सुपुर्द ले ली आशा बुटर जी दास दे और जाफी रूनी एक अंदर जे पॉइंट ले ला कहाँ देने पैसे अपन और मैं के टीएसबी क्लब ने बोले पांच सौ रुपया ਸੁਖਮੰਦਰ ਲਈ 500 ਰੁਪਇਆ ਗੁਰਸੇਵਕ ਸਿੰਘ ਜੀ ਗੁੱਲੇ ਵੱਲੋਂ ਲੱਥੂ ਵਾਲੇ ਗਰਬੀ ਵਾਲੇ ਵੱਲੋਂ ਔਰ ਸੁਖਮੰਦੇ ਭਾਈ ਅਰਸ਼ ਦੇ ਲਈ ਸੌਰੀ ਔਰ ਉਧਰਲੇ ਪਾਸੇ ਕੀ ਬਾਤਾਂ ਨੇ ਉਧਰਲੇ ਪਾਸੇ ਬੱਲੇ ਬੱਲੇ ਹੋਈ ਪਈ ਹੈ ਇੱਕ ਪਾਸੇ 7 ਫੁੱਟ 2 ਇੰਚ ਕੱਦ ਨਾਲ ਮੇਰੇ ਵੀਰੋ 1 ਕੁਇੰਟਲ 5 ਕਿਲੋ ਵਜਨ ਔਰ ਨਾਲ ਮੇਰੇ ਵੀਰੋ ਮੁੱਠੀ ਭਰ ਸਰੀਰ ਦੀ ਗੱਲ ਕਮਾਲ ਹੋ ਗਈ ਹੈ ਬੱਲੇ 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 ਆ ਹਾ ਹਾ ਪੁਆਇੰਟ ਕੀ ਦਾ ਪੁਆਇੰਟ ਜਿਹੜਾ ਰੇਡਰਾਂ ਦਾ ਪੁਆਇੰਟ ਜਿਹੜਾ ਰੇਡਰਾਂ ਦਾ ਰੈਫਰੀ ਦਾ ਫੈਸਲਾ ਅਟਲ ਹੋਵੇਗਾ ਪੁਆਇੰਟ ਜਿਹੜਾ ਰੇਡਰਾਂ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਪੁਆਇੰਟ ਰੇਡਰਾਂ ਦੇ ਖਾਤੇ ਦੇ ਵਿੱਚ ਇਸ ਦੇ ਨਾਲ ਹੀ ਪਹਿਲਾ ਸੈਮੀ ਫਾਈਨਲ ਸਮਾਪਤ ਔਰ ਪਹਿਲੇ ਸੈਮੀ ਫਾਈਨਲ ਦੇ ਵਿੱਚੋਂ ਜੇਤੂ ਰਹੀ ਹੈ ਚੋਲਾ ਸਾਹਿਬ ਦੀ ਟੀਮ ਚੋਲਾ ਸਾਹਿਬ ਇਸ ਪਹਿਲੇ ਸੈਮੀ ਫਾਈਨਲ ਦੀ ਜਿਹੜੀ ਜੇਤੂ ਟੀਮ ਹੈ ਸਟੇਜ ਤੋਂ ਪਾਸੇ ਕੀਤਾ ਜਾਏ ਮੁਲਾਜ਼ਮ ਵੀਰਾਂ ਨੂੰ ਬੇਨਤੀ ਹੈ ਹਾਂਜੀ ਪੁਆਇੰਟਾਂ ਦਾ ਲੇਖਾ ਜੋਗਾ ਸੁਣ ਲਓ ਜਿੰਨੇ ਗਰਾਊਂਡ ਦੇ ਵਿੱਚ ਵਾਧੂ ਬੰਦੇ ਆ ਇਹ ਵੀ ਬਾਹਰ ਆ ਜਾਣਾ 1 ਮਿੰਟ ਵੱਡੇ ਵੀਰ 9.5 ਪੁਆਇੰਟ ਨੇ ਮਾੜੀ ਮੁਸਤਫਾ ਦੇ ਤੇ 11 ਪੁਆਇੰਟ ਨੇ ਚੋਲਾ ਸਾਹਿਬ ਦੀ ਟੀਮ ਨੇ ਇਸ ਮੈਚ ਦੇ ਵਿੱਚੋਂ ਚੋਲਾ ਸਾਹਿਬ ਫਾਈਨਲ ਦੇ ਵਿੱਚ ਪਹੁੰਚ ਗਿਆ ਦਰਸ਼ਕੋ ਤਾੜੀਆਂ ਮਾਰ ਦਿਓ ਗੁਰੂਆਂ ਦੀ ਧਰਤੀ ਹੈ ਮਾਈਕ ਦੇ ਉੱਤੇ ਅਮਨ ਆਵੇਗਾ ਦਿਲਬਾਗ ਦਿਲਬਾਗ ਗੱਜਣ ਵਾਲਾ ਆਪਣੇ ਜਿੰਨੇ ਕਲੱਬ ਵਾਲੇ ਆ ਬੰਦੇ ਆ ਦੋ ਤਿੰਨ ਮੁੰਡੇ ਰਹਿ ਪੈਣੇ ਦੂਜੇ ਬਾਹਰ ਆ ਜਾਣ ਉਹਨਾਂ ਦੀ ਡਿਊਟੀ ਲਾਉਣੀ ਹੈ ਸਾਡੇ ਵੀਰ ਜਗਵੇਲ ਜੀ ਇਧਰ ਅਰਸ਼ੀ ਦੇ ਲਈ 100 ਰੁਪਏ ਦੇ ਮਾਨ ਪਿਆਰ ਭੇਜਦੇ ਨੇ ਜੱਫਿਆਂ ਤੋਂ ਖੁਸ਼ ਹੋ ਕੇ ਸਾਡੇ ਵੀਰ ਠੱਠੀ ਭਾਈ ਵਾਲੇ ਲਓ ਇਧਰਲੇ ਬੰਨੇ ਉਹ ਬਾਈ ਕਿਹਨੇ ਪੈਰ ਤੇ ਮਾਰੀ ਹੈਲੋ ਨਾਲ ਹੀ ਸਾਰੀਆਂ ਹੀ ਟੀਮਾਂ ਦੇ ਪਲੇਅਰ ਸਹਿਬਾਨ ਨੋਟ ਕਰ ਲੈਣ ਕਿ ਸਾਡੇ ਰੈਫਰੀ ਸਹਿਬਾਨਾਂ ਦਾ ਜਿਹੜਾ ਫੈਸਲਾ ਉਹ ਟੱਲ ਮੰਨਿਆ ਜਾਵੇਗਾ ਜੀ ਸਾਡੇ ਵੀਰ ਮਨਜਿੰਦਰ ਸਿੰਘ ਜੀ ਸੀ ਭਾਲਮ ਵਾਲਾ ਉਹ ਵੀ ਸਾਡੇ ਦਰਮਿਆਨ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਜਿਆਂ ਕਹਿੰਦੇ ਆ ਧੰਨਵਾਦ ਕਰਦੇ ਉਹਨਾਂ ਸੱਜਣਾ ਦਾ ਵੀ ਇੰਦਗੜ ਵਾਰਸੀ ਚ ਡਗੋਰ ਮਾਣਾ ਹਾਂਜੀ ਕਰਾਓ ਜੀ ਮੈਂ ਸਟਾਰਟ ਇੰਦਗੜ ਵਾਰਸੀ ਚ ਡਗੋਰ ਮਾਣਾ ਹੈਲੋ ਬਾਈ ਕਰਾਓ ਜੀ ਮੈਚ ਸਟਾਰਟ ਉਹ ਅਗਲਾ ਮੈਚ ਸਟਾਰਟ ਕਰਾਓ ਬਾਈ ਅਗਲਾ ਮੈਚ ਮੈਚ ਸਟਾਰਟ ਕਰਾਓ ਜੀ ਇੰਦਗੜ ਤੇ ਡਗੋਰਮਾਣਾ ਇੰਦਗੜ ਗਰਾਊਂਡ ਦੇ ਵਿੱਚ ਵਾਧੂ ਆ ਸਾਰਿਆਂ ਨੂੰ ਬਾਹਰ ਕੱਢੋ ਇੰਦਗੜ ਤੇ ਡਗੋਰਮਾਣਾ ਜਿੰਨੇ ਸਾਡੇ ਕਲੱਬ ਦੇ ਮੈਂਬਰ ਆ ਉਹਨਾਂ ਨੂੰ ਬੇਨਤੀ ਆ ਇੱਕ ਜਿੰਨੇ ਗਰਾਊਂਡ ਦੇ ਵਿੱਚ ਜੇ ਕੋਈ ਕਲੱਬ ਦਾ ਮੈਂਬਰ ਆ ਜਿਨ੍ਹਾਂ ਦੀ ਡਿਊਟੀ ਆ ਸਿਰਫ ਉਹੀ ਵਿੱਚ ਰਹਿਣ ਬਾਕੀ ਬਾਹਰ ਆ ਜਾਓ ਬਾਈ ਮੇਰੇ ਜਿੰਨੇ ਵਾਧੂ ਪਲੇਅਰ ਆ ਉਹ ਵੀ ਸਾਰੇ ਬਾਹਰ ਬਹਿ ਜਾਓ ਮੁਲਾਜ਼ਮ ਵੀਰਾਂ ਨੂੰ ਬੇਨਤੀ ਹੈ ਜੇ ਕੋਈ ਵਾਧੂ ਗਰਾਊਂਡ ਦੇ ਵਿੱਚ ਹੈਗਾ ਉਹਨਾਂ ਨੂੰ ਬਾਹਰ ਬਿਠਾਇਆ ਜਾਵੇ ਬਾਈ ਜੀ
भाई जी मैच स्टार्ट करा दो प्लीज जल्दी। सेमीफाइनल मुकाबला लो इस समय मुकाबला जिहड़ा खेड मैदान दे विचकार स्टार्ट होने जा रहा है। मुलाजम वीरां नूं बेनती है भी कृपा करके स्टेज दे अगों जिहड़ा दर्शक वीरां नूं पासे कर दिता जावे। लो इस समय मुकाबला जिहड़ा खेड मैदान दे विचकार स्टार्ट होने जा रहा है। डग्गो रमाणा वारसी जिंदगढ़ दी टीमां दे दरमियान है। लाओ देखते भी इस समय पहली कबड्डी नौजवान टकोर माने पिटदा भाई सिक्योरिटी गार्ड आ लो सोनू इसे करके सद्या वीर मेरे एने फालतू बंदरा सारे बाहर कर दो हाथ बन के बेनती है मूहरे। लो सतनाम सिंह टकोर माने पिटदा और देखते भी पहला डेढ़ पॉइंट जिहड़ा नौजवान गभरू के हिस्से जुड़ता होया। लो अगली कबड्डी देखते भी इस समय निंदू इंदगढ़ पिटदा जेडे पिंड के कहते भी रेशम वर्गे जेडे पिंड सेमे वर्गे समय समय की बात है पर इस समय देखते भी निंदू नौजवान कबड्डी पा रहा है। खेड मैदान के अंदर पाई हुई कबड्डी है चार जाफी ने। लो देखते कहते पदरी का सेवक प्रसिद्ध खिडारी है। लो देखते भी इधर बने नौजवान सेवक पर पॉइंट जेड़ा गभरू के हिस्से जुड़ता तावी के हिस्से। हाँ जी मंदिर का मुंडा रवि अपने घरे पहुंच जाए मंदिर का मुंडा रवि। हाँ जी दिलबाग जी हरजिंदर सिंह जी जिंदी माड़ी बारे आखते भी माड़ी वाले गुरजीत दे लई जिहड़े नौजवान ने चोला साहब दे सुखमन नूं जफ्फे लाए उहदे लई इक घिओ दा पीपा होवेगा जी। हरजिंदर सिंह जी जिंदी। लाओ इस समय देखते भी मुदगी की धरती इतिहास धरती है गुरुआं पीरां की धरती है। लाओ देखते भी इस समय मुदगी वाला बब्बू नौजवान कहते भी कनेडा भी सोहना खेडिया गल चाहे यूरोप के खेड मैदान की पर दूसरे पासे इस समय फैसला की है। लो ये पॉइंट जिहड़ा नौजवान धावी के हिस्से लो ये पॉइंट जिहड़ा इंदगढ़ चल भी गभरू पा भी कबड्डी। लो इस समय कबड्डी पै रही है देखते भी सतनाम सिंह टगोर माने पिंड का यह भी दोनों वीर कबड्डी खेडते ने। देखते भी इधरले बने बाबे नरसिंह के पोते की पई हुई कबड्डी खेड मैदान के अंदर और इस समय फैसला जिहड़ा पॉइंट जिहड़ा नौजवान धावी के हिस्से है। तीन रैफरी साहबान चार रैफरी एक पासे हिस्से करके लाए है क्योंकि समा भी काफी होया पिया और आपां नूं भी पता भी शाम नूं हुंदा भी की है क्योंकि नेरा हैगा नेरे दे कारण एक रैफरी तो गलती होजू दो तो होजू पर चारा तो नहीं होनी। इधरले बने हिस्से करके असी सारे रैफरी साहबान पंजाब के कोने कोने चो टॉप के रैफरी बुलाए ने और इस समय देखते हैं भी नौजवान कबड्डी पा रहा है। दूसरे पासे नौजवान देखते भी इधरले बने शरणा डगोर माने का और दूसरे पासे निंदू नौजवान इंदगढ़ पिंड का पॉइंट जिहड़ा अपनी टीम के हिस्से जोड़ता होया। लो इधरले बने देखते भी इधरले नौ इधरले पासे नौजवान की पैंदी हुई कबड्डी है और इधरले बने पई हुई कबड्डी है। देखते भी नौजवान कीपा भलूर पिंड का जिथों के कुलवीर पलवान वर्गे शमिंदर पुलसीए वर्गे प्रसिद्ध खिडारी ने पर दूसरे पासे वेखते भी नौजवान बगीचा इंदगढ़ का। लो इस नाल पॉइंट जिहड़ा नौजवान गभरू के हिस्से जुड़िया चल भी नौजवान पा भी कबड्डी। लो इस समय नौजवान बब्बू मुदगी वाला कबड्डी पा रहा है नौजवान कबड्डी कबड्डी करता होया कि फर्श वर्च पचा देवे जे मेहर करे मेरे साइया लगते रहन खुशी के मेले मिलती रहन बधाइया। लो अच बधाइया समुचे नगर रोडे नू और सेवक की की हुई कोशिश डगो वाले की पर पॉइंट जिहड़ा नौजवान धावी के हिस्से। लो अगली कबड्डी सतनाम डगोर माने पिंड का देखते भी छे तरीक रत्ती रोड़ी दे खेड मेले दी तरीकां ने छे जनवरी पिंड रत्ती रोड़ी दे खेड मेले दी तरीकां डगोर माने दे बिल्कुल लागे वस्या नगर है और इधर ने बने देखते भी नौजवान कबड्डी पा रहे हैं। दूसरे पासे नौजवान इस समय इंदगढ़ पिंड का पर पॉइंट जिहड़ा गभरू के हिस्से जुड़ता है। नौ दस ते ग्यारह तरीक भैनी दे खेड मेले दीआं तरीकां ने जिथों का साडा वीर फौजी रेफरशिप दीआं जिम्मेवारियां सामभ रहा है और इधर ने बने वेखदे भी पैंदी हुई कबड्डी है
ਖੇਡ ਮੈਦਾਨ ਅੰਦਰ ਕੀ ਜੋਸ਼ ਹੋਸ਼ ਤਕਨੀਕ ਦੀ ਅੱਜ ਕੱਲ ਖੇਡ ਕਬੱਡੀ ਵੀ ਨੇਰੇ ਜੋਰ ਵਾਲੇ ਨੂੰ ਜਾਂ ਫਿਰ ਢਾਹੀ ਜਾਂਦੇ ਨੇ ਤੇਜ ਨਿਗਾਹ ਕਾ ਵਰਗੀ ਹੁੰਦੀ ਜਿਹੜੇ ਰੇਡਰਾਂ ਦੀ ਤੇ ਪਤਾ ਨੀ ਲੱਗਦਾ ਕਦੋਂ ਕਿਹਨੂੰ ਹੱਥ ਲਾਹੀ ਜਾਂਦੇ ਨੇ ਜੋ ਰੱਬ ਵਾਂਗਰਾਂ ਗੇਮ ਪੂਜਦੇ ਜੱਟੀ ਲੰਗੋਟੇ ਦੇ ਇੱਕ ਦਿਨ ਉਹ ਖਿਡਾਰੀ ਨਾਮ ਕਮਾਹੀ ਜਾਂਦੇ ਨੇ ਤੇ ਲੰਘੇ ਆਣੀਆਂ ਯੋਧਿਆ ਇਧਰ ਚਾਰ ਜਵਾਨੀ ਦੇ ਸਾਂਭ ਲੈਂਦੇ ਜੋ ਹਰ ਮੈਦਾਨੇ ਸ਼ਾਹੀ ਜਾਂਦੇ ਨੇ ਲਓ ਦੇਖਦੇ ਵੀ ਅੱਜ ਰੋਡਿਆਂ ਦੇ ਖੇਡ ਮੇਲੇ ਦੇ ਵਿੱਚ ਕਿਹੜਾ ਖਿਡਾਰੀ ਛਾਵੇਗਾ ਇਸ ਸਮੇਂ ਪੁਆਇੰਟ ਕੀਪੇ ਦਾ ਲਓ ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਹੈ ਲਓ ਕਹਿੰਦੇ ਵੀ ਇਧਰਲੇ ਬੰਨੇ ਪਈ ਹੋਈ ਕਬੱਡੀ ਔਰ ਦੂਸਰੇ ਪਾਸੇ ਸੁਖਮੰਦਰ ਸਿੰਘ ਜੀ ਨੰਬਰਦਾਰ ਮਾੜੀ ਵਾਲੇ ਗੁਰਜੀਤ ਦੇ ਲਈ ਕਹਿੰਦੇ ਵੀ ਇੱਕ ਪੀਪਾ ਜਿਹੜਾ ਘਿਓ ਦਾ ਹੋਵੇਗਾ ਲਓ ਇਸ ਸਮੇਂ ਡੱਗੋ ਵਾਲੇ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਅੰਦਰ ਲਓ ਇੱਧਰ ਕੱਲ ਖੁਰਦ ਦੇ ਖੇਡ ਮੇਲੇ ਤੇ ਕਹਿੰਦੇ ਵੀ ਨੌਜਵਾਨ ਮੁਦਗੀ ਵਾਲੇ ਬੱਬੂ ਦਾ ਵੀ ਮੋਟਰਸਾਈਕਲ ਦੇ ਨਾਲ ਜਿਹੜਾ ਵਿਸ਼ੇਸ਼ ਮਾਨ ਸਨਮਾਨ ਹੋਵੇਗਾ ਲਓ ਇੱਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਗੱਭਰੂ ਆ ਭਾਵੀ ਕਬੱਡੀ ਇੱਧਰਲੇ ਬੰਨੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਗਲੀ ਕਬੱਡੀ ਦੇਖਦੇ ਵੀ ਇਸ ਸਮੇਂ ਨਿੰਦਰ ਇੰਦਗੜ੍ਹ ਪਿੰਡ ਦਾ ਸਿੰਘ ਇਜ਼ ਕਿੰਗ ਸਿੰਘ ਸਰਦਾਰ ਗੱਭਰੂ ਹੈ ਕਬੱਡੀ ਪਾ ਰਿਹਾ ਦੂਸਰੇ ਪਾਸੇ ਵੇਖਦੇ ਵੀ ਸਾਹਮਣੇ ਫੜਿਆ ਕੁੱਟ ਲਓ ਦੇਖਦੇ ਸਾਹਮਣੇ ਲੱਗਦਾ ਜੱਫਾ ਸੇਵਕ ਡੱਗੋ ਰਮਾਣੇ ਪਿੰਡ ਦਾ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੈ ਔਰ ਜਿਹੜੀ ਟੀਮ ਇਸ ਵਰੇ ਵੀ ਜਿੱਤੇਗੀ ਔਰ ਅਗਲੇ ਸਾਲ ਵੀ ਜਿੱਤੇਗੀ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਿਆਂ ਵਾਲੇ ਆਖਦੇ ਵੀ ਨੁਕਰਾ ਘੋੜਾ ਹੋਵੇਗਾ ਦੋ ਸਾਲ ਰੋਡਿਆਂ ਦਾ ਖੇਡ ਮੇਲਾ ਜਿੱਤਣ ਵਾਲੀ ਟੀਮ ਦੇ ਲਈ ਔਰ ਆਉਂਦੇ ਵਰੇ ਬੈਸਟ ਰੇਡਰ ਦੇ ਜਾਫੀਆਂ ਦੇ ਲਈ ਮੋਟਰਸਾਈਕਲ ਹੋਣਗੇ ਸਾਡੇ ਨਰਪੈ ਸਿੰਘ ਜੀ ਪ੍ਰਾਣ ਯੂਐਸਏ ਵਾਲੇ ਔਰ ਉੱਥੇ ਸਾਡੇ ਹਰੇਕ ਸਿੰਘ ਜੀ ਲੰਡੇਗਿਆਂ ਵਾਲੇ ਵੱਡੇ ਮਾਣ ਉਹਨਾਂ ਵੱਲੋਂ ਵੀ ਨਾਲ ਹੀ ਰੇਸ਼ਮ ਸਿੰਘ ਜੀ ਅਮਰੀਕਾ ਵਾਲੇ ਦਲਵਿੰਦਰ ਧਾਨਾ ਜੀ ਗੁਰਸੇਵਕ ਗੋਲਾ ਜੀ ਅਗਲੇ ਸਾਲ ਦੇ ਨਾਮਾਂ ਦੀ ਅਨਾਊਂਸਮੈਂਟ ਹੋਈ ਹੈ ਇਸੇ ਨਾਲ ਹੀ ਆ ਮੁਕਾਬਲਾ ਜਿਹੜਾ ਸਮਾਪਤ ਹੋਇਆ ਇੰਦਗੜ੍ਹ ਦੇ ਪੁਆਇੰਟ ਜਿਹੜੇ ਪੰਜ ਹੈ ਡੱਗੋ ਰਮਾਣੇ ਦੇ ਸਾਢੇ ਦਸ ਪੁਆਇੰਟ ਹੈ ਡੱਗੋ ਰਮਾਣਾ ਵਰਸਿਜ ਚੋਲਾ ਸਾਹਿਬ ਦੀਆਂ ਟੀਮਾਂ ਚੋਲਾ ਸਾਹਿਬ ਤੇ ਡੱਗੋ ਰਮਾਣਾ ਫਾਈਨਲ ਮੈਚ ਹੋਵੇਗਾ ਡੱਗੋ ਰਮਾਣਾ ਤੇ ਚੋਲਾ ਸਾਹਿਬ ਜਗਸੀਰ ਸਿੰਘ ਜੀ ਜੀ ਇਹ ਆਖਦੇ ਵੀ ਅਗਲੇ ਸਾਲ ਜਿੰਨਾ ਵੀ ਜਿਹੜਾ ਦੁੱਧ ਦਾ ਖਰਚਾ ਹੋਵੇਗਾ ਉਹਨਾਂ ਵੱਲੋਂ ਹੋਵੇਗਾ ਸਾਡੇ ਵੀਰ ਜਗਸੀਰ ਸਿੰਘ ਜੀ ਇਹਨਾਂ ਵੱਲੋਂ ਵੀ ਵੱਡੇ ਮਾਣ ਬਖਸ਼ੇ ਗਏ ਨੇ ਉਹ ਬਾਈ ਸਾਨੂੰ ਹੱਥ ਬੰਨ ਕੇ ਬੇਨਤੀ ਹੈ ਮਲਾਈ ਵੀਰਾਂ ਨੂੰ ਬਈ ਆ ਜਿਹੜੇ ਵਾਧੂ ਬੰਦੇ ਖੜੇ ਆ ਨਾ ਹੱਥ ਬੰਨ ਕੇ ਇਹਨਾਂ ਨੂੰ ਮਾਰੋ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਰੌਲਾ ਪਈ ਜਾਂਦਾ ਨਾਲ ਹੀ 2 ਮਿੰਟ ਦੀ ਰਿਸ਼ਤ ਹੈ ਪ੍ਰਤਾਪ ਹਾਂਜੀ ਹਾਂਜੀ ਦਿਲਬਾਗ ਜੀ ਬੋਲੋ ਜੀ 2 ਮਿੰਟ ਦੀ ਰਿਸ਼ਤ ਹੈ ਜਿਹੜੀ ਇਸ ਖੇਡ ਮੈਦਾਨ ਦੇ ਵਿੱਚ ਉਸ ਤੋਂ ਬਾਅਦ ਫਾਈਨਲ ਮੈਚ ਜਿਹੜਾ ਦੋਨੋਂ ਟੀਮਾਂ ਦਾ ਕਰਵਾਇਆ ਜਾਵੇਗਾ ਡੱਗੋ ਰਮਾਣਾ ਵਰਸਿਜ ਚੋਲਾ ਸਾਹਿਬ ਦੀਆਂ ਟੀਮਾਂ ਦੇ ਦਰਮਿਆਨ ਫਾਈਨਲ ਮੈਚ ਕਬੱਡੀ ਓਪਨ ਦੀਆਂ ਇਹਨਾਂ ਦੋਨੋਂ ਹੀ ਟੀਮਾਂ ਦਾ ਹੋਵੇਗਾ ਔਰ ਨਾਲ ਹੀ ਮੈਂ ਮਾਈਕ ਦੇ ਉੱਪਰ ਸੱਦਾ ਦੇਵਾਂਗਾ ਮੇਰਾ ਵੀ ਰਮਨ ਲੋਪੋ ਇਸ ਨੌਜਵਾਨ ਦਾ ਵੀ ਕਹਿੰਦੇ ਤਖਤੂਪੁਰੇ ਦੇ ਖੇਡ ਮੇਲੇ ਤੇ 16 ਜਨਵਰੀ ਨੂੰ ਸਵਿਫਟ ਗੱਡੀ ਦੇ ਨਾਲ ਮਾਣ ਸਨਮਾਨ ਹੋਵੇਗਾ ਪ੍ਰਤਾਪ ਆ ਲੈ ਜਾ ਮੈਂ ਨਾਲ ਹੀ ਅੱਜ ਦਾ ਸਾਡਾ ਇਹ ਜਿਹੜਾ ਖੇਡ ਮੇਲਾ ਹੈ ਪੂਰੀ ਦੁਨੀਆ ਭਰ ਦੇ ਵਿੱਚ ਪੰਜਾਬ ਲਾਈਵ 1.com ਦੇ ਜ਼ਰੀਏ ਦਿਖਾਇਆ ਜਾ ਰਿਹਾ ਹੈ ਜਿੰਨੇ ਵੀ ਸਾਡੇ NRI ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਜਿੰਨੇ ਵੀ ਪੰਜਾਬੀ ਇਹਨਾਂ ਮੁਕਾਬਲਿਆਂ ਨੂੰ ਤੱਕ ਰਹੇ ਨੇ ਸਾਰੇ ਹੀ ਸੱਜਣਾਂ ਦਾ TSB ਸਪੋਰਟਸ ਕਲੱਬ ਦੀ ਤਰਫੋਂ ਸਮੁੱਚੇ ਨਗਰ ਰੋਡਿਆਂ ਦੀ ਤਰਫੋਂ ਸਾਰੇ ਹੀ ਸੱਜਣਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਹਨੇ ਸਾਡੇ ਸੱਜਣ ਪੰਜਾਬ ਲਾਈਵ 1.com ਦੇ ਜ਼ਰੀਏ ਇਸ ਮੈਚ ਨੂੰ ਤੱਕ ਰਹੇ ਨੇ ਔਰ ਇੱਕ ਵਾਰੀ ਫਿਰ ਤੋਂ ਧੰਨਵਾਦ ਹੈ ਸਾਡੇ ਇਹਨਾਂ ਨੈੱਟ ਵਾਲੇ ਵੀਰਾਂ ਦਾ ਨਾਲ ਹੀ ਸਾਡੇ ਫਰੈਂਡ ਤੇ ਫੋਟੋ ਸਟੂਡੀਓ ਵਾਲੇ ਵੀਰ ਜੱਗੇ ਹੋਣੀ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਹੀ ਗੱਬਰ ਸਾਊਂਡ ਵਾਲੇ ਔਰ ਸਾਡੇ ਧਾਲੀਵਾਲ ਟੈਂਟ ਹਾਊਸ ਲੰਡੇ ਵਾਲੇ
ਇਹਨਾਂ ਸਾਰੇ ਹੀ ਸੱਜਣਾਂ ਦਾ ਸਮੁੱਚੇ ਸਪੋਰਟਸ ਕਲੱਬ ਦੇ ਵੱਲੋਂ ਧੰਨਵਾਦ ਹੈ। ਨਾਲ ਹੀ ਸਾਡੇ ਸਿਕਿਉਰਿਟੀ ਵਾਲੇ ਵੀਰਾਂ ਦਾ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦੇ ਹਾਂ। ਫਾਈਨਲ ਮੁਕਾਬਲਾ ਚੋਲਾ ਸਾਹਿਬ ਵਰਸੀ ਡੰਗੋਰ ਮਾਣੇ ਦੀਆਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਥੋੜੇ ਸਮੇਂ ਦਾ ਜਿਹੜਾ ਰੈਸਟ ਹੈ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਗਰਾਊਂਡ ਵੱਲ ਆਓ ਦੋਨੋਂ ਹੀ ਟੀਮਾਂ ਫਾਈਨਲ ਮੁਕਾਬਲੇ ਦੀਆਂ। ਫਾਈਨਲ ਮੁਕਾਬਲੇ ਦੀਆਂ ਦੋਨੋਂ ਹੀ ਟੀਮਾਂ ਚੋਲਾ ਸਾਹਿਬ ਵਰਸੀ ਡੰਗੋਰ ਮਾਣੇ ਦੀਆਂ ਟੀਮਾਂ ਦੇ ਪਲੇਅਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ, ਹਾਂਜੀ ਹੈਲੋ, ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਹੈ ਪੁਲਿਸ ਮੁਲਾਜ਼ਮ ਵੀਰ ਗਰਾਊਂਡ ਦੇ ਦੁਆਲੇ ਗੇੜਾ ਦੇਣ, ਕੋਈ ਵੀ ਦਰਸ਼ਕ ਵੀਰ ਹੈ ਜਿਹੜਾ ਉਹ ਜਾਲ ਟੱਪ ਕੇ ਅੰਦਰ ਨਾ ਆਵੇ। ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਉਹ ਗਰਾਊਂਡ ਦੇ ਦੁਆਲੇ ਗੇੜਾ ਦੇਣ ਬਾਈ ਜੀ। ਕਲੱਬ ਵਾਲਿਆਂ ਨੂੰ ਵੀ ਬੇਨਤੀ ਹੈ। ਨਾਲ ਹੀ ਇੱਕ ਵਾਰੀ ਸਾਡਾ ਫਿਰ ਤੋਂ ਸੱਦਾ ਹੈ ਦੋਨੋਂ ਹੀ ਫਾਈਨਲ ਮੁਕਾਬਲੇ ਦੀਆਂ ਜਿਹੜੀਆਂ ਟੀਮਾਂ ਨੇ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਪੁੱਜਣ ਕਿ ਜੰਮਿਆ ਰੋਡੇ ਪਿੰਡ ਦਾ ਸੂਰਾ ਕਹਿਣੀ ਕਰਨੀ ਦਾਸੀ ਪੂਰਾ ਬੱਚਾ ਬੁੱਢਾ ਜਿਹਦਾ ਕਾਇਲ ਯੋਧਿਆ ਉਸੀ ਸਿੱਖੀ ਦਾ ਜਰਨੈਲ ਪਹਿਰੇਦਾਰ ਸੱਜਦਾ ਫੱਕਰ ਸਿੱਖੀ ਲਈ ਜੁਲਮਣਾ ਲਈ ਸੀ ਟੱਕਰ ਚੜ੍ਹਤ ਹੈ ਅਣਖੀ ਵਾਲੇ ਦੀ ਐਵੇਂ ਨਹੀਂ ਦੀਵਾਨੀ ਦੁਨੀਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਐਵੇਂ ਨਹੀਂ ਦੀਵਾਨੀ ਦੁਨੀਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੀ ਦੇਖੋ ਕਿੱਡੀ ਕਿਰਪਾ ਹੈ ਸੰਤਾਂ ਦੀ ਆਉਂਦੇ ਵਰੇ ਦੇ ਟੂਰਨਾਮੈਂਟ ਦੇ ਸਾਰੇ ਨਾਮ ਜਿਹੜੇ ਸਾਡੇ ਸੱਜਣਾਂ ਵੱਲੋਂ ਆਖ ਦਿੱਤਾ ਗਿਆ ਵੀ ਸਾਡੇ ਵੱਲੋਂ ਹੋਣਗੇ ਇਹਨਾਂ ਸਾਰੇ ਹੀ ਸੱਜਣਾਂ ਦਾ ਅਸੀਂ ਸਮੁੱਚੇ TSB ਸਪੋਰਟਸ ਕਲੱਬ ਵੱਲੋਂ ਸਮੁੱਚੇ ਨਗਰ ਰੋਡੇ ਵੱਲੋਂ ਸਾਰੇ NRI ਵੀਰਾਂ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਦਾਨੀ ਸੱਜਣਾਂ ਦਾ। ਨਾਲ ਹੀ ਧੰਨਵਾਦ ਹੈ ਸਾਡੇ ਵੀਰ ਸੀਪੇ ਵਰਗੇ ਮਿੰਟੇ ਵਰਗੇ ਸਾਡੇ ਵੀਰ ਜਿੰਦਰ ਜੀ ਬਿੱਲਾ ਜੀ ਜੀਤਾ ਜੀ ਸਾਡੇ ਵੀਰ ਤਾਰੀ ਸਾਡੇ ਵੀਰ ਨਛੱਤਰ ਭੋਨਾ ਜੀ ਉਹਨਾਂ ਸਾਰੇ ਹੀ ਸੱਜਣਾਂ ਦਾ ਅਸੀਂ ਧੰਨਵਾਦ ਕਰਦੇ ਜਿਹਨਾਂ ਸਾਡੇ ਵੀਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਾਂਭੀਆਂ ਨੇ ਔਰ ਸਾਡੇ ਨਾਲ ਹੀ ਨਛੱਤਰ ਸਿੰਘ ਜੀ ਭੋਨਾ ਸਾਹਿਬ ਆਖਦੇ ਵੀ ਆਉਂਦੇ ਸਾਲ ਦੇ ਟੂਰਨਾਮੈਂਟ ਦੇ ਨਾਮ ਤਾਂ ਸਾਰੇ ਤਕਰੀਬਨ ਅਨਾਊਂਸ ਕਰ ਦਿੱਤੇ ਗਏ ਨੇ ਪਰ ਕਹਿੰਦੇ ਵੀ ਜੇਕਰ ਕੋਈ ਹੋਰ ਪ੍ਰੋਗਰਾਮ ਇਸ ਖੇਡ ਮੇਲੇ ਦਾ ਉਲੀਕਿਆ ਗਿਆ ਉਹ ਕਹਿੰਦੇ ਵੀ ਉਹ ਜਿਹੜਾ ਅਸੀਂ ਪੂਰਾ ਕਰਾਂਗੇ। ਇੱਕ ਵਾਰੀ ਇਹਨਾਂ ਦਾ ਵੀ ਧੰਨਵਾਦ ਹੈ। 6 ਤਰੀਕ ਰੱਤੀ ਰੋੜੀ ਦੇ ਖੇਡ ਮੇਲੇ ਦੀਆਂ ਤਰੀਕਾਂ ਨੇ ਜਿੱਥੇ ਇੱਕ ਪਲੇਅਰ ਬਾਹਰੋਂ ਖੇਡੇਗਾ ਆਓ ਜੀ ਚੋਲਾ ਸਾਹਿਬ ਵਰਸੇ ਡੰਗੋਰ ਮਾਣਾ ਚੋਲਾ ਸਾਹਿਬ ਤੇ ਡੰਗੋਰ ਮਾਣੇ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਕਿਉਂਕਿ ਸਮਾਂ ਕਾਫੀ ਹੋ ਗਿਆ ਸਾਰੇ ਦਰਸ਼ਕ ਵੀਰਾਂ ਨੇ ਵੀ ਆਪੋ ਆਪਣੇ ਘਰਾਂ ਨੂੰ ਪੁੱਜਣਾ ਔਰ ਕਿਉਂਕਿ ਉੱਪਰੋਂ ਧੁੰਦ ਵੀ ਕਾਫੀ ਪੈ ਰਹੀ ਹੈ ਇਸ ਕਰਕੇ ਬੇਨਤੀ ਹੈ ਦੋਨੋਂ ਹੀ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ ਔਰ ਅਗਲੀ ਮਾਈਕ ਤੇ ਗੱਲ ਮੇਰਾ ਵੀ ਰਮਨ ਲੋਪੋ ਹਾਂਜੀ ਸਾਡੇ ਨਛੱਤਰ ਸਿੰਘ ਜੀ ਭੋਨਾ ਆਖਦੇ ਵੀ ਆਉਂਦੇ ਸਾਲ ਸਿਰਫ ਇੱਕ ਚੀਜ਼ ਜਿਹੜੀ ਆਪਣੀ ਹਲੇ ਬਚੀ ਸੀ ਉਹ ਸੀਗਾ ਆਪਣਾ ਇੰਟਰਨੈਟ ਤੇ ਲਾਈਵ ਉਹ ਕਹਿੰਦੇ ਵੀ ਅਗਲੇ ਸਾਲ ਜਿਹੜਾ ਇੰਟਰਨੈਟ ਦਾ ਖਰਚਾ ਹੋਵੇਗਾ ਉਹ ਉਹਨਾਂ ਵੱਲੋਂ ਹੋਵੇਗਾ ਜੀ ਜ਼ੋਰਦਾਰ ਤਾੜੀਆਂ ਸਾਡੇ ਇਹੋ ਜਿਹੇ ਦਾਨੀ ਸੱਜਣਾਂ ਦੇ ਨਾਂ ਤੇ ਜਿਹੜੇ ਕਿ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਜੋ ਇੱਕ ਕਬੱਡੀ ਦੇ ਕੱਪ ਹੁੰਦੇ ਨੇ ਇਹਨਾਂ ਦੀਆਂ ਵੱਡੀਆਂ ਸੇਵਾਵਾਂ ਦਿੰਦੇ ਨੇ ਵੱਡੀ ਸੇਵਾ ਕਰਦੇ ਨੇ ਇਹਨਾਂ ਸਾਰੇ ਹੀ ਸਤਿਕਾਰਯੋਗ ਸੱਜਣਾਂ ਦਾ ਅਸੀਂ TSV ਕਲੱਬ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਦੇ ਹਾਂ ਡੰਗੋਰ ਮਾਣਾ ਤੇ ਚੋਲਾ ਸਾਹਿਬ। ਨਾਲ ਹੀ ਸਾਡੇ ਵੀਰ ਜੱਗਾ ਜੀ ਆਖਦੇ ਵੀ ਫਰੈਂਡ ਦੇ ਸਟੂਡੀਓ ਵਾਲੇ
कहते भी अगले साल स्टूडियो की सेवा उन्होंने वालों फ्री होगी जी, स्टूडियो की सेवा फ्री हो गई है, नेट का खर्चा साडे भोने वाले वीर है और साडे साउंड वाले कहते कल गड्डी का किराया लेना है वह भी क्योंकि उन्होंने कोले गड्डी है नहीं गी इस करके है। और ओपन दे नाम भी बने गए बेस्ट रेडर जाफी भी 70 दे भी हो गए 60 किले उदे भी हो गए एक बारी जोरदार ताड़ियां यार सारे दानी सदरा दे नाते और एक बारी जोरदार ताड़ियां संत बाबा पिंडरा संत बाबा जरनैल सिंह जी पिंडरा वाले दी जिन्हां दी याद दे विच कबड्डी दा टूरनामेंट करवाया जा रहा है एक बारी जोरदार ताड़ियां संतां दे नाते और नाल ही भाई साहब भाई परमकार सिंह जी संगा साहब आप सब नूं सद्दे दिंदे ने 12, 13, 14 ते 15 जनवरी ड्रोली भाई दे खेड मेले दीआं तरीकां ने चोला साहब ते डगोर माणा टीमां ग्राउंड दे विच आ जाण चोला साहब वर्सिज डगोर माणे दीआं टीमां और अगली माइक ते गल मेरा वीर रमणा लुप्पू मेरी बेनती है फाइनल मैच दी दोनों टीमों जल्दी ना टीम खेड ग्राउंड पुजन फाइनल मैच दी दोनों टीम जल्दी नाल खेड ग्राउंड पुजन बहुत तगड़ा मैच खेडा जाना है दोनों टीमों के दरम्यान फाइनल मैच दी दोनों टीमों बार बार बेनती कर रहे हैं वो टीम जल्दी नाल खेड ग्राउंड पुजन फाइनल मैच दी दोनों टीमों बेनती है मद्दी यूएसए वाला साडा वीर आखदा भी जिन्ने भी कमेंटेटर वीर पुजणगे उन्हां दा सारा खर्चा मद्दी यूएसए वाला वीर देवेगा रैफरी वीरां दा खर्चा हुण देखदे आं भी कौन लैंदा मद्दी सिंह जी यूएसए वाले उन्हां वल्लों रैफरी ते कमेंटेटरां दा सारा खर्चा उन्हां वल्लों दित्ता जावेगा असीं उन्हां दा भी बहुत बहुत धन्नवाद करदे हां सरदार निरभय सिंह बराड़ उन्होंने बड़े योगदान पाए है ते हुण सारा नगर बड़े सहयोग दे रहा है असीं धन्नवाद करदे सरदार निरभय सिंह बराड़ जी असी हेलो ओ भाई साडा वीर कुल्ला मेरे घर दे आए आ साडे कोले जिथे भी आवाज़ सुनदा ओ कुल्ला जल्दी घरे पहुंच डगोर माणी दी टीम जल्दी ना ग्राउंड च आ जाए चोला साहब दी टीम ग्राउंड च है उधर जीते वीर वालों टेंट का बड़ा खर्चा है उधर कोरे वाले तो सरपंच साहब भी विशेष तौर पर पुजे हुए धन्यवाद है बहुत तगड़ा मैच खेडा जाना है दोनों टीमों के दरम्यान डगोर माणी की टीम मेरी बेनती है जल्दी ना वो टीम जी खेड मैदान पुज जाए डगोर माणी की टीम जल्दी ना खेड ग्राउंड पुज जाए सरदार निरभय सिंह बराड जो असे उत्थे साडे बहुत ही सत्कार योग सरदार जगमोहन सिंह जी जैत सिंह वाला उन्होंने भी भरमी हाजरी है अज्ज दे इस कबड्डी टूरनामेंट से मेरी बेनती है डगोर माणी की टीम नूं क्योंकि ठंड बहुत ज्यादा धुंद पै गई है सारे खिडारियों ने भी धुंद गड्डियां ते जाना है आप छेती ग्राउंड दे विच आ जाइए क्योंकि दर्शक वीरां ने भी आनंद मानना है फाइनल मैच का मेरी बेनती है डगोर माणी की टीम के प्लेयर सतनाम वर्गे अपनी टीम नूं लैके जल्दी नाल खेड ग्राउंड दे विच पुजण डगोर माणी की टीम फाइनल मैच खेडिया जाना दोनों टीमों के दरम्यान बहुत तगड़ा मैच खेडिया जाना है मेरे वीरो एक पासे तरन तरन जिले की टीम चोला साहब माझे दे मझैल जट पुजे हुए है और दूसरे पासे गल फरीदकोट जिले के मेरे वीरो डगोर माणे पिंड की हो रही है फाइनल मैच बड़े प्राइज दिते जाने हैं 51,000 ते 41,000 के मेरी बेनती है डगोर माणे की टीम को टीम जल्दी ना खेड ग्राउंड दे विच पुज जावे मेरी बेनती है टीम जल्दी ना खेड ग्राउंड पुज जाए डगोर माणी दी सरदार निरभय सिंह जी बराड बड़े बिजनेस ने मेरे वीर यूनाइटेड स्टेट अमेरिका दे विच बड़े योगदान उन्होंने वीर दे उत्थे साडा वीर लखविंदर सिंह हैमिल्टन पंजाबी स्पोर्ट्स क्लब टोरंटो वाला उन्होंने भी बहुत बहुत धन्यवाद है मेरी बेनती है डगोर माणी की टीम जल्दी नाल खेड ग्राउंड दे विच पुज जावे
ਉਧਰ ਲਖਵਿੰਦਰ ਸਿੰਘ ਜੀ ਵਿਰਾੜ ਜੋਸੇ ਤੇ ਨਰਭੈਣ ਸਿੰਘ ਜੀ ਵਿਰਾੜ ਜੋਸੇ ਦੋਨੋਂ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉੱਥੇ ਸਰਦਾਰ ਲਖਵਿੰਦਰ ਸਿੰਘ ਜੀ ਟੋਰਾਂਟੋ ਕੈਨੇਡਾ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਡੱਗੋ ਰਮਾਣੇ ਦੀ ਟੀਮ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਵੇ। ਇੱਧਰ ਮੇਰੇ ਵੀਰੋ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਦੇ ਵਿੱਚ ਆਪਾਂ ਜਕਾਰੇ ਲਾਉਣੇ ਆ। ਫਤਿਹ ਦਾ ਜਵਾਬ ਸਾਰਿਆਂ ਨੇ ਫਤਿਹ ਦੇ ਵਿੱਚ ਦੇਣਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਨਾ ਕਰ ਕਮਲੀਏ ਤਰਪਾਈਆਂ ਉਧੜੇ ਕਾਜਾਂ ਨੂੰ, ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ, ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜੋ ਉਹਨਾਂ ਨੇ ਸਿੱਖ ਕੌਮ ਦੇ ਲਈ ਵੱਡੀ ਕੁਰਬਾਨੀ ਦਿੱਤੀ ਹੈ। ਬਾਈ ਆਪਣੇ ਮੈਂ ਕਿਹਾ ਜਕਾਰੇ ਹੋਰ ਲਾ ਲਓ, ਚਾਰ ਕੁ ਠੰਡ ਲੈ ਜੂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸ੍ਰੀ ਅਕਾਲ। ਮੇਰੀ ਬੇਨਤੀ ਹੈ ਡੱਗੋ ਰਮਾਣੇ ਦੀ ਟੀਮ ਜਲਦੀ ਨਾਲ ਗਰਾਊਂਡ ਜਾ ਜੇ। ਡੱਗੋ ਰਮਾਣੇ ਦੀ ਟੀਮ ਨੂੰ ਮੇਰੀ ਬੇਨਤੀ ਹੈ, ਅਸੀਂ ਬਹੁਤ ਟਾਈਮ ਦੇ ਦਿੱਤਾ ਉਸ ਟੀਮ ਨੂੰ, ਨੀ ਉਹਨਾਂ ਦੇ ਪ੍ਰਾਈਜ਼ ਦੇ ਵਿੱਚੋਂ 5,000 ਰੁਪਇਆ ਇੱਕ ਮਿੰਟ ਦਾ ਕੱਟ ਲਿਆ ਜਾਣਾ। ਡੱਗੋ ਰਮਾਣੇ ਦੀ ਟੀਮ ਨੂੰ ਸਾਡੀ ਲਾਸਟ ਬੇਨਤੀ, ਡੱਗੋ ਰਮਾਣੇ ਦੀ ਟੀਮ ਨੂੰ, ਡੱਗੋ ਰਮਾਣਾ, ਡੱਗੋ ਰਮਾਣਾ ਵਾਲਿਓ ਆ ਜਾਓ। ਸੁਖਮਨ ਚੋਲਾ ਸਾਹਿਬ ਵਾਲਾ ਕਬੱਡੀ ਪਲੇਅਰ, ਉਹ ਜਲਦੀ ਨਾਲ ਗਰਾਊਂਡ 'ਚ ਆ ਜਾਏ। ਸੁਖਮਨ ਚੋਲਾ ਸਾਹਿਬ, ਡੱਗੋ ਰਮਾਣੇ ਦੀ ਟੀਮ ਨੂੰ ਵੀ ਮੇਰੀ ਬੇਨਤੀ ਹੈ, ਟੀਮ ਜਲਦੀ ਨਾਲ ਗਰਾਊਂਡ 'ਚ ਆ ਜਾਏ। ਡੱਗੋ ਰਮਾਣੇ ਦੀ ਟੀਮ ਜਲਦੀ ਨਾਲ ਗਰਾਊਂਡ 'ਚ ਆ ਜਾਏ, ਮੇਰੀ ਬੇਨਤੀ ਹੈ ਡੱਗੋ ਰਮਾਣੇ ਦੀ ਟੀਮ ਨੂੰ। ਅਸੀਂ ਵਾਰ ਵਾਰ ਬੇਨਤੀ ਕਰ ਰਹੇ ਹਾਂ ਡੱਗੋ ਰਮਾਣੇ ਦੀ ਟੀਮ ਨੂੰ, ਉਹਨਾਂ ਦੇ ਪ੍ਰਾਈਜ਼ ਦੇ ਵਿੱਚੋਂ 5,000 ਰੁਪਇਆ ਕੱਟ ਲਿਆ, ਜੇ ਟੀਮ ਇੱਕ ਮਿੰਟ 'ਚ ਨਾ ਆਈ ਤਾਂ 10,000 ਕੱਟਿਆ ਜਾਣਾ। ਇਹ ਨੋਟ ਕਰ ਲੈਣ ਡੱਗੋ ਰਮਾਣੀ ਦੀ ਟੀਮ ਦੇ ਪਲੇਅਰ, 5,000 ਰੁਪਇਆ ਉਹਨਾਂ ਦੇ ਪ੍ਰਾਈਜ਼ ਦੇ ਵਿੱਚੋਂ ਕੱਟ ਲਿਆ ਗਿਆ। ਸੁਖਮਨ ਚੋਲਾ ਸਾਹਿਬ ਵਾਲਾ ਕਬੱਡੀ ਪਲੇਅਰ ਜਲਦੀ ਨਾਲ ਗਰਾਊਂਡ 'ਚ ਆ ਜਾਈਏ। ਬਾਈ ਜਿੰਦਰ ਆ ਗਈ ਜੀ ਡੱਗੋ ਰਮਾਣੀ ਦੀ ਟੀਮ। ਸੁਖਮਨ ਚੋਲਾ ਸਾਹਿਬ ਉਹ ਜਲਦੀ ਨਾਲ ਗਰਾਊਂਡ 'ਚ ਆ ਜਾਈਏ। ਜਲਦੀ ਨਾਲ ਮੈਚ ਸ਼ੁਰੂ ਕਰਵਾ ਦਿਓ। ਜਲਦੀ ਨਾਲ ਮੈਚ ਸ਼ੁਰੂ ਕਰਵਾ ਦਿਓ ਬਿੱਲਾ ਗਾਲਬ ਜੀ, ਮੈਚ ਸ਼ੁਰੂ ਕਰਵਾ ਦਿਓ। ਦੋਨੋਂ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਹੈ। ਮੈਚ ਸ਼ੁਰੂ ਕਰਵਾ ਦਿਓ ਜਲਦੀ ਨਾਲ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਚ ਫਾਈਨਲ ਮੈਚ ਜਲਦੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ। ਸਰਦਾਰ ਨਿਰਭੈਣ ਸਿੰਘ ਬਰਾੜ ਜੋਸੇ, ਸਰਦਾਰ ਲਖਵਿੰਦਰ ਸਿੰਘ ਬਰਾੜ ਜੋਸੇ, ਇਹਨਾਂ ਦੋਨੋਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡੇ ਯੋਗਦਾਨ ਪਾਏ ਹੈ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ। ਔਰ ਸਮੁੱਚੀ ਸਪੋਰਟਸ ਕਲੱਬ ਦਾ, ਸਾਡੇ ਵੀਰ ਬਿੱਲੇ ਵਰਗਿਆਂ ਦਾ, ਜੀਤੇ ਵਰਗਿਆਂ ਦਾ, ਔਰ ਨਾਲ ਸੀਪੇ ਵਰਗੇ ਵੀਰਾਂ ਦਾ, ਪ੍ਰਦੀਪ ਉਹਨਾਂ ਦਾ, ਹਰਦੀਪ ਉਹਨਾਂ ਦਾ, ਤਾਰੀ ਉਹਨਾਂ ਦਾ, ਸਾਰੇ ਹੀ ਵੀਰਾਂ ਦਾ, ਜਿੰਦਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡੀ ਜ਼ਿੰਮੇਵਾਰੀ ਸਾਂਭੀ ਹੈ। ਜਲਦੀ ਨਾਲ ਮੈਚ ਸ਼ੁਰੂ ਕਰਵਾ ਦਿਓ। ਫੌਜੀ ਭੈਣੀ ਵਾਲਾ ਅੰਪਾਇਰ ਦੇਵ ਦਿਆਲਪੁਰਾ, ਔਰ ਨਾਲ ਸਾਡੇ ਫੂਲੇ ਵਾਲੇ ਤੋਂ ਵੀਰ ਲੰਗੇਰ ਤੋਂ ਜਸਵੀਰ ਮਹਿਣਾ ਜੀ, ਸਾਰੇ ਅਫੀਸ਼ੀਅਲ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਉੱਥੇ ਕਮੈਂਟੇਟਰ ਵੀਰਾਂ ਦਾ, ਜਸਵਿੰਦਰ, ਆਸ਼ਾ ਵੋਟਰ, ਨਾਲ ਦਲਵਾਗ ਗੱਜਣ ਵਾਲਾ, ਹਰਦੀਪ ਕੋਕਰੀ, ਨਿਰਮਲ ਨੰਗਿਆਣਾ, ਬੂਟਾ ਆਲਮ ਵਾਲੇ ਵਾਲਾ, ਸਾਰੇ ਕਮੈਂਟੇਟਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਲਓ ਫਾਈਨਲ ਮੈਚ ਕਿ ਸ਼ਾਮਾਂ ਡੁੱਬਣ ਤੇ ਆਈਆਂ, ਕਿਹਨੇ ਲੈਣੀਆਂ ਵਧਾਈਆਂ, ਮੈਚ ਫਾਈਨਲ ਖੇਡਣ ਲਈ ਟੀਮਾਂ ਕਰਨ ਚੜਾਈਆਂ, ਕਹਿਣ ਟੀਮਾਂ ਦੇ ਪਲੇਅਰ ਹੁਣ ਲਾਉਣੀ ਨਹੀਂ ਉਹ ਦੇਰ, ਜਿੱਤ ਵਾਲੇ ਝੰਡੇ ਦੇ ਨੇ ਗੱਡ ਮਿੱਤਰੋ, ਅੱਜ ਕਬੱਡੀ ਦੇਖਣ ਲਈ ਹੋਇਆ ਵੱਡਾ ਇਕੱਠ ਮਿੱਤਰੋ, ਵਾਕਈ ਵੱਡਾ ਇਕੱਠ। ਦਰਸ਼ ਵੀਰ ਕਿੰਨੀ
ठंड दे विच बैठे है किन्ना प्यार करदे इस खेड कबड्डी नू। एदां ही सच्चे पातशाह मेहर रखे इस खेड कबड्डी ते जिवें हुण पूरी दुनिया दे विच छाई होई है एदां ही कबड्डी दी धुन पई रहे कि मारन डंड ते चक्कण वेट वजे ना किसे दे सट वेट डावलियां ते पवन टैटू जी ते शेर मालका खेड कबड्डी उत्ते रखी तू मेहर मालका खेडण कबड्डी लई जो मेहनत ने करदे उन्हां दीआं झोलियां तू खुशियां ना भर दे कर दिल दे अरमान पूरे ना कर देर मालका खेड कबड्डी उत्ते रखी तू मेहर मालका। सुखमन चोला साहब दा कबड्डी दा स्टार कबड्डी दा मेरे वीर नौजवान रुस्तम धावी है खेड मैदान दे विच पुज्जा होया और बहुत तगड़ा मैच दोनों टीमों के दरम्यान शुरू होण जा रहा है। हैलो भाई बिल्ले, भाई बिल्ला मेरे कोले आई भाई एक ही मिनट जल्दी ना मैच शुरू करा दो मेरी बेनती है। सौ खवाई जाएगी इस मैच तो पहला शुरू होने तो जल्दी ना मैच शुरू करवा दो। एक पासे मेरे वीरो टीम जेड़ी पहुंच गई है चोला साहब दी वो टीम है पिंड वाली साइड ते दूसरे पासे कहिंदे डगरवाणी दी टीम है। दोनों टीमों के दरम्यान फाइनल मैच खेड कबड्डी का शुरू होने जा रहा है। खेड कबड्डी लई मिलते रहन खुले डुले वीजे खिडारियों के दाने पानी विच लिखदे तू वर्गर पीर दी केर मालका खेड कबड्डी उत्ते रखी तू मेर मालका खेड कबड्डी उत्ते रखी तू मेर मालका। तकड़ा मैच खेड कबड्डी का कि होने लगा मैच जिन्हों साना वाला भेड़ कहते धावी और जाफी का जिन्हों एड़ गेड़ कहते गुट फट टाइगर ने कैंची उदो लाउणी आ चीते जंप एटमां ने कबड्डी जदों पाउणी है। एक खिताब मिल गए ने मेरे वीरो खेड कबड्डी की दुनिया में अल्टो गड्डी दी जा रही इसे नौजवान नूं लंडे के कबड्डी कप ते नौजवान सतनाम सिंह नाम है कनेडा की धरती से बहुत तगड़ी खेड का प्रदर्शन किया है। अलबर्टा ने दो टूरनामेंटा का बेस्ट धावी इस वेले सतनाम डगुर माड़े पिंड का खेड मैदान दे विच कबड्डी पा रहे हैं। जिन्ने वाधू बंदे आ भाई सारे बह जाओ जां बाहर आ जाओ यार इस वेले पॉइंट कहिंदे नौजवान सतनाम डगुर माड़े का अपनी टीम लई जोड़ता होया अगली कबड्डी जिहड़े वीर खड़े आ बैठ जाओ। मेरी हाथ जोड़ के बेनती है जिहड़े खिडारी नहीं खेल रहे वो बैठ जाओ जिहड़े साडे वीरां दी कोई ड्यूटी नहीं। लाओ इस वेले पई हुई कबड्डी मेरे वीरो मत्ता इस वेले मत्ता गुरदासपुरिया बहुत सोहना पॉइंट अपनी टीम लई जोड़दा होया भलूर की धरती का नौजवान गभरू कीपा अगली कबड्डी पाउण दे लई खेड मैदान दे विच वाधा होया कि विच गहरे झल्लां दे कदे शेर ना रहिंदे गुजे कौन ठल्ले तफानां नूं सागर विच ना पैंदे गुजे विच गहरे झल्लां दे कदे शेर ना रहिंदे गुजे कौन ठल्ले तफानां नूं सागर विच ना पैंदे गुजे। लाओ भलूर की धरती का नौजवान कीपा अपनी टीम लई लखा जिहा पॉइंट जोड़दा है। उधर निरभै सिंह जी विराड़ है नाल साडे भुल्लर साहब उन्हां दा वी बात वा धन्नवाद है। इधर नौजवान गभरू मेरे वीरो मत्ता कबड्डी पा रहा है खेड मैदान दे विच माझे दा मझैल जड़दा बोलिया होया धावा उधर कहिंदे शरने दा ना हुण टॉप दे जाफिया विच है आ जाफी किले किसे गल्लों घट जाफी नहीं मेरे वीरो नौजवान इसलिए फड़िया होया गुट कि बोरियां निचोड़ियां ते रस्सा बहुत चढ़िया कर नहीं चुं दुद्ध पीता हारे दा उकड़िया भज्जण दी जुरत राहे दा उस धावी विच जानदे आ सारी गुट जीदा जीदा फड़िया जानदे आ सारी गुट जीदा जीदा फड़िया। नौजवान सेवक बहुत तगड़ा पॉइंट अपनी टीम लई जोड़दा है। उधर गुरसेव सिंह जी गोला कहते भी 100 रुपया दिता जाएगा जेड़ा भलूर वाले कीपे नूं जफा लावेगा। लै भी बिल्ले वीर मुबारकबाद है फाइनल मैच खेडिया जा रहा है इसलिए नौजवान गभरू सतनाम डगुर माणे की धरती का लाओ भरी हुई पगल नौजवान गभरू पूरा जोर ला रहा है ते सतनाम बहुत तगड़ा पॉइंट अपनी टीम लई जोड़दा है डगुर माणे की टीम लई जोड़दा होया। अगली कबड्डी पाउण दे लई नौजवान गभरू खेड मैदान दे विच वाधा होया लाओ इसलिए नूना कबड्डी पाउण दे लई खेड मैदान दे विच वाधा होया। लाओ इसलिए पई हुई कबड्डी लाओ वेखो सामने शरना डगुर माणे दा सिकंदर सिंह जी रोडे ते नाल धाना वैरोके वाला आखदा है जिहड़ा सतनाम नूं जफा लावेगा बड़े माण कीते जाणगे उस जाफी दे लो भलूर वाला कीपा
ਗੁਰਸੇਵਕ ਸਿੰਘ ਜੀ ਗੁੱਲਾ ਜਿੰਨੇ ਪੁਆਇੰਟ ਪ੍ਰਾਪਤ ਕਰੇਗਾ ਉਨੇ ਹੀ ਸੌ ਸੌ ਦੇ ਮਾਨ ਸਨਮਾਨ। ਨਾਲ ਇਸ ਵੇਲੇ ਪਹਾੜ ਵਰਗਾ ਜਾਫੀ ਹੈ ਅਰਸ਼ ਨਾਉਜਨ ਗਬਰੂ ਬਹੁਤ ਤਗੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ। ਇੱਧਰ ਨਾਉਜਨ ਮੱਤੇ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਬੋਲਿਆ ਹੋਇਆ ਧਾਵਾ ਚਾਰ ਜਾਫੀ ਤਿਆਰ ਨੇ ਕੌਣ ਗੁੱਟ ਫੜਦਾ ਕੌਣ ਲੱਤੀ ਲੱਗਦਾ ਕੌਣ ਮੂਹਰੇ ਹੋ ਕੇ ਕਰਾ ਟਾਈਮ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੈ। ਇੱਧਰ ਨਾਉਜਨ ਨੇ ਗੁੱਟ ਫੜਿਆ ਫਿਰ ਕੈਂਚੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਾਉਜਨ ਗਬਰੂ ਮੱਤਾ ਗੁਰਦਾਸਪੁਰੀਆ ਬਹੁਤ ਤਗੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ। ਅਗਲੀ ਕਬੱਡੀ ਸਤਨਾਮ ਡੱਗੂ ਰਮਾਣੀ ਦਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਪਾਧਿਆ ਹੋਇਆ ਚਾਰ ਜਾਫੀ ਵੀ ਤਿਆਰ ਨੇ ਵੇਖਦੇ ਵੀ ਅਰਸ਼ ਨਾਲ ਕਹਿੰਦੇ ਜੱਸੇ ਵਰਗੇ ਅਵਤਾਰ ਵਰਗੇ ਹੈਪੀ ਵਰਗੇ ਚੌ ਜਾਫੀਆਂ ਵਿੱਚੋਂ ਨਾਉਜਨ ਅਰਸ਼ ਨਾਲ ਮੁਕਾਬਲਾ। ਇੱਧਰ ਵੱਡੇ ਮਾਣ ਕੀਤੇ ਜਾਣੇ ਆ ਵੈਰੋਕੇ ਵਾਲੇ ਧਾਨੇ ਵੱਲੋਂ ਇਸ ਨਾਉਜਨ ਜਾਫੀ ਦੇ। ਲਓ ਲੱਗ ਗਿਆ ਜੱਫਾ ਤੇ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਹਨੇ ਸਾਰਾ ਕੁਝ ਦੱਕਿਆ ਨਸ਼ਾ ਚੜਦਾ ਸਵਾਦ ਆਉਂਦਾ ਕਿ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਪਾਉਂਦਾ ਧਾਵੀ ਰੇੜ ਮੱਥਾ ਟੇਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇਡੇ ਪੰਜਾਬੀਆਂ ਦੀ ਮਾਂ ਇਹ ਗੱਲ ਸੋਲਾਂ ਨੇ ਸੱਚ ਮਿੱਤਰੋ। ਲਓ ਵੇਖਦਾ ਵੀ ਮੁੰਡਾ ਉੱਡ ਚੱਲਿਆ ਨਾਉਜਨ ਮੱਤਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ। ਉਧਰ ਜਗਮੇਲ ਸਿੰਘ ਦੀ ਠੱਠੀ ਹੈ ਉਹਨਾਂ ਦੀ ਵੀ ਭਰਮੀ ਹਾਜ਼ਰੀ ਹੈ ਬਹੁਤ ਬਹੁਤ ਧੰਨਵਾਦ। ਇੱਧਰ ਮਿਝ ਸਿੰਘ ਬਰਾੜ ਦਾ ਪੇਂਡੂ ਹੈ ਨਾਉਜਨ ਭਲੋਰ ਦੀ ਧਰਤੀ ਦਾ ਕੀਪਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਆ। ਉਧਰ ਨਿਰਭੈ ਸਿੰਘ ਜੀ ਬਰਾੜ ਆਪਣੇ ਸਾਥੀਆਂ ਦਾ ਆਨੰਦ ਮਾਣਦੇ ਹੈ। ਇੱਧਰ ਅਰਸ਼ ਹੈ ਭੈਣੀ ਵਾਲੇ ਫੌਜੀ ਨੇ ਕੀ ਫੈਸਲਾ ਕਰਤਾ ਹੈ ਵੀ ਪੁਆਇੰਟ ਅਰਸ਼ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਚੋਲਾ ਸਾਹਿਬ ਦੀ ਟੀਮ ਲਈ ਜੋੜ ਦਿੱਤਾ ਹੈ ਪਾਵੀ ਨੋਨੇ ਨੌਜਵਾਨ ਕਬੱਡੀ। ਲਓ ਨੋਨਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ ਕਿ ਜਿਹੜਾ ਤੀਰ ਨਿਸ਼ਾਨੇ ਖੁਦ ਜੀ ਉਹ ਕਾਹਦਾ ਹੈ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਜੇ ਵਾਰ ਚੰਡਿਆ ਜਾਫੀ ਕਹਿੰਦੇ ਕੋਚ ਸਿਆਣੇ ਦਾ ਤਕੜਾ ਜੱਫਾ ਲਾਉਂਦਾ ਏ ਸ਼ਰਨਾ ਡੱਗੋ ਰਮਾਣੀ ਦਾ ਤਕੜਾ ਜੱਫਾ ਲਾਉਂਦਾ ਏ ਸ਼ਰਨਾ ਡੱਗੋ ਰਮਾਣੀ ਦਾ ਤਕੜੇ ਜੱਫੇ ਲਾਉਣ ਵਾਲਾ ਗੱਭਰੂ ਹੈ ਨਾਉਜਨ ਸ਼ਰਨਾ ਬਹੁਤ ਤਕੜਾ ਜੱਫਾ ਲਾ ਕੇ। ਇੱਧਰ ਬੈਰੋਗੇ ਵਾਲਾ ਧਾਨਾ ਵੱਡੇ ਮਾਣ ਕਰਦਾ ਇਸ ਨਾਉਜਨ ਗੜਾਰੀ ਦੇ। ਅਗਲੀ ਕਬੱਡੀ ਨਾਉਜਨ ਗੱਭਰੂ ਪਾਉਣ ਦੇ ਲਈ ਵਧਿਆ ਹੋਇਆ ਇਸ ਲਈ ਕਹਿੰਦੇ ਸਤਨਾਮ ਹੈ ਮੇਰੇ ਵੀਰੋ ਚਾਰ ਜਾਫੀ ਤਿਆਰ ਨੇ ਔਰ ਵੇਖਦਾ ਵੀ ਉਧਰ ਸਿਕੰਦਰ ਸਿੰਘ ਜੀ ਰੋਡਿਆਂ ਵਾਲੇ ਹੈ ਉਹ ਵੀ ਵੱਡੇ ਮਾਣ ਕਰਦੇ ਹੈ। ਆਓ ਦੇਖੋ ਸਾਹਮਣੇ ਇਸ ਵੇਲੇ ਨਾਉਜਨ ਅਰਸ਼ ਨਾਲ ਮੁਕਾਬਲਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੇ ਜੇ ਮੈਚ ਵਧੀਆ ਲੱਗ ਰਿਹਾ ਲਾਓ ਸਾਹਮਣੇ ਅਰਸ਼ ਤੇ ਸਤਨਾਮ ਬੱਲੇ ਬੱਲੇ ਹੋ ਗਈ ਮਿੱਤਰੋ ਸ਼ਾਬਾਨੀ ਕਬੱਡੀਏ ਬੱਲੇ ਨੀ ਕਬੱਡੀਏ। ਲਾਓ ਇਸ ਵੇਲੇ ਬਹੁਤ ਤਕੜਾ ਜੱਫਾ 500 ਰੁਪਇਆ ਟੀ ਐਸ ਵੀ ਕਲੱਬ ਰੋਡਿਆਂ ਦੀ ਤਰਫੋਂ 500 ਰੁਪਇਆ ਸਾਡੇ ਵੀਰ ਬਿੱਲੇ ਹੋਣੀ ਸੀਪੇ ਹੋਣੀ ਜਿੰਦਰ ਹੋਣੀ ਜੀਤੇ ਹੋਣੀ ਗਿੰਦੀ ਉਹਨਾਂ ਦਾ ਤਾਰੀ ਉਹਨਾਂ ਦਾ ਹਰਦੀਪ ਉਹਨਾਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਉਧਰ ਵੇਖੋ ਨਾਉਜਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਬੱਤਾ ਗੁਰਦਾਸਪੁਰੀ ਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸ਼ਰਨਾ ਡੱਗੋ ਰਮਾਣੇ ਦਾ ਨਾਉਜਨ ਸੇਵਕ ਡੱਗੋ ਰਮਾਣੇ ਦਾ ਹੁਣ ਕੌਣ ਜੱਫਾ ਲਾਉਂਦਾ। ਲਾਓ ਸਾਹਮਣੇ ਕੋਸ਼ਿਸ਼ ਤੇ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ ਜਗਮੇਲ ਠੱਠੀ ਜੀ ਸ਼ਰਨੇ ਡੱਗੋ ਰਮਾਣੀਏ ਲਈ ਵੱਡੇ ਮਾਣ ਭੇਜਦੇ ਆ ਬਹੁਤ ਬਹੁਤ ਧੰਨਵਾਦ। ਇੱਧਰ ਭਲੂਰ ਵਾਲਾ ਕੀਪਾ ਮੇਰੇ ਵੀਰੋ ਤੇ ਪੁਆਇੰਟ ਧਾਵੀ ਨੇ ਇਸੇ ਜੁੜਦਾ ਹੋਇਆ ਨਿਰਮਲ ਲੰਡਿਆਂ ਵਾਲਾ ਉਸ ਵੀਰ ਵੱਲੋਂ 100 ਰੁਪਈਏ ਦੇ ਮਾਨ ਸਨਮਾਨ ਨੇ ਮੇਰੇ ਵੀਰੋ ਸ਼ਰਨੇ ਡੱਗੋ ਰਮਾਣੀਏ ਲਈ। ਲਓ ਸਾਹਮਣੇ ਬਹੁਤ ਤਕੜਾ ਮੈਚ ਫਾਈਨਲ ਮੈਚ ਆਨੰਦ ਮਾਣਵੀਓ ਸਤਿਕਾਰਯੋਗ ਸ਼ਕੀਤਾ ਰੱਬ ਵਰਗੀ ਦਰਸ਼ਕ ਵੀਰ ਤੇ ਨਾਉਜਨ ਗੱਭਰੂ ਇਸ ਵੇਲੇ ਕਹਿੰਦੇ ਵੀ ਮੱਤੇ ਦੀ ਪਈ ਹੋਈ ਕਬੱਡੀ ਹੈ ਮੇਰੇ ਵੀਰੋ ਚਾਰ ਜਾਫੀ ਕਹਿੰਦੇ ਬੁਰਜਾਂ ਵਰਗੇ ਜਾਫੀ ਹੈ ਸ਼ਰਨੇ ਦਾ ਨਾਂ ਕਹਿੰਦੇ ਟੌਪ ਦੇ ਜਾਫੀਆਂ ਵਿੱਚ ਹੈ ਪਰ ਮੱਤਾ ਉੱਡ ਚੱਲਿਆ ਉੱਡ ਚੱਲਿਆ ਉੱਡ ਚੱਲਿਆ ਮੇਰੇ ਵੀਰੋ ਬਹੁਤ ਤਕੜਾ ਪੁਆਇੰਟ ਜੋੜਦਾ ਹੈ ਪਾਵੀ ਗੱਭਰੂ ਆ। ਅਗਲੀ ਕਬੱਡੀ ਨਾਉਜਨ ਕੀਪਾ ਭਲੋਰ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਤਿਆਰ ਨੇ ਐਨ ਰੋਬ ਨਾ ਪੈ ਰਹੀ ਕਬੱਡੀ ਕਿ ਕੱਲੇ ਕੱਲੇ ਗੱਭਰੂ ਤੇ ਰੋਬ ਪੂਰਾ ਚੜਿਆ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਵਾਕਈ ਲੱਖ ਲੱਖ ਦੀ ਕਬੱਡੀ ਪੈ ਰਹੀ ਹੈ ਨਜ਼ਾਰਾ ਵੱਖਰਾ ਹੈ ਰੋਡਿਆਂ ਦੀ ਧਰਤੀ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਇਤਾਨ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਸ਼ਾਨ ਮਿੱਤਰੋ ਸ਼ਾਨ ਹੈ ਜਿੰਦ ਜਾਨ ਹੈ ਨੋਨੇ ਦੀ ਪਈ ਹੋਈ ਕਬੱਡੀ ਹੈ। ਉਧਰ ਵੇਖੋ ਸ਼ਰਨਾ ਡੱਗੋ ਰਮਾਣੇ ਦਾ ਲੱਕ ਤਲੀ ਗੱਲ ਪਿੰਡ ਦਾ ਬਿੱਲਾ ਫੈਸਲਾ ਕਰਦਾ ਹੋਇਆ ਵੀ ਇਹ ਪੁਆਇੰਟ ਧਾਵੀ ਦਾ ਜਗਮੇਲ ਠੱਠੀ ਜੀ ਭਲੂਰ ਵਾਲੇ ਕੀਪੇ ਲਈ 100 ਰੁਪਇਆ ਭੇਜਦੇ ਆ
जे अज का टूरनामेंट वधिया लग्या प्रबंधकां दे नां ते जांदे जांदे ताड़ी मार जो किन्ने किन्ने पॉइंट है जी पॉइंट वाला वीर ਸਾਡੇ ਡਾਕਟਰ ਵੀਰ ਜੀ ਫਾਈਨਲ ਮੈਚ ਦੇ ਵਿੱਚ ਜੋ ਪੁਆਇੰਟਾਂ ਦਾ ਵੇਰਵਾ ਹੈ ਬੱਗੋ ਰਮਾਣੇ ਦੇ ਪੁਆਇੰਟ ਨੇ 7.5 ਤੇ 14.11 14.5 ਫਾਸਟ ਗੁਰਮਾਨਾ ਸੈਕਿੰਡ ਬੈਸਟ ਜਾਫੀ ਅਰਸ਼ 14.5 ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਤੇ ਬੈਸਟ ਰੇਡਰ ਬੈਸਟ ਰੇਡਰ ਮੱਤਾ ਗੁਰਦਾਸਪੁਰੀ ਆ ਦੋਨੋਂ ਟੀਮਾਂ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ जे किसी वीर की शान के खिलाफ कोई गलत शब्द बोलिया गया हो ता अमन लोपो अणजाण जा बच्चा समझ के माफ करना वाहिगुरु जी का खालसा वाहिगुरु जी की फतेह सरदार निर्भय सिंह जी साढ़े को पहुंचन जल्दी तो जल्दी अमन कनेडा जल्दी जल्दी स्टेज मूहरे पहुंच कनेडा हेलो चोला साहब आ रहे हो आ जाओ नाम दईए तुहानू आ जाओ वीर मेरा भज के लाइटा वाले लाइटा ना बंद करो वीर मेरे जिन्ना चेर असि इतो अनाउंसमेंट नहीं करते उन्ना चेर लाइटा बंद नहीं करनिया चोला साहब वाले वीर मेरे आ जाओ तो ना फर्स्ट नाम दईए उन्होंने लिया वीर मेरा कप चाके दायरा खुला कर लो भरा मेरे वीर मेरे दायरा खुला कर लो दायरा खुला कर लो हेलो सुआओ जी अज के इस खेड मेले की विनर टीम आ चोला साहब की है माझे के मझैल जट्टा ने आके कहते मालवे के आके वड्डी मल मारी आई है जताड़ी मार दो चोले टीम एक जोरदार वाह जी वाह और सुखमन चोले वाला साड़ा वीर अर्शदीप जिन्हां ने कबड्डी के खेड मेले अज मेला लुटने वाली गल बन गई जी बल्ले बल्ले करवाती मालवे के चाके इन्हां गभरुआ ने मुबारकबाद जी थोनू सारे सज्जनां नू सारी टीम नू चोले की टीम आ अज दे इस खेड मेले की विनर टीम है पहला इनाम 51,000 रुपये का हैलो सरदार तेजा सिंह जी बराड साहब की याद विच हैलो आज चला दे वीर की हो गया बंद करती बाल्टियां हैलो सो अज दे इस टूरनामेंट की विनर टीम जी है हैलो हैलो चलाई आ बाल्टियां बंद करती सो अज दे इस ताड़ियां मार दो जोरदार पहला इनाम 51,000 रुपया सरदार तेजा सिंह जी बराड़ साहब उन्हों की याद विच चोला साहब तरन तारण के लागे पिंड है सो माझे दे मझैल जट्टा ने आके अज मालवे च बल्ले बल्ले करवाती जी आवाज नहीं आ रही हेलो 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 हाँ जी साड़ा भी जगह भी पहुंच गया फ्रेंड स्टूडियो वाले सो दूजा नाम नीना कर लो जी साडा वीर मत्ता गुरदासपुरी अज दे इस खेड मेले का बेस्ट रेडर मत्ता हाँ जी अज दे इस खेड मेले का बेस्ट रेडर मत्ता हाँ जी सो बहुत ही वधिया कप दे के TSB क्लब वालों विशेष सम्मान दिता जांदा है ताड़ी मार दो जोरदार बेस्ट रेडर का आओ जी अर्श ये दोनों सगे भीर जी अर्श
ਅਤੇ ਸੁਖਮਨ ਦੁਨੀਆ ਦੇ ਸਟਾਰ ਖਿਡਾਰੀ ਚੋਲਾ ਸਾਹਿਬ ਆ ਹਾਂ ਚਲਾ ਦੇ ਮੇਰਾ ਵੀਰ ਯਾਰ ਸੋ ਦੁਨੀਆ ਦੇ ਸਟਾਰ ਖਿਡਾਰੀ ਆ ਦੋਨੋਂ ਇਹ ਅੱਜ ਮੋਗੇ ਜ਼ਿਲ੍ਹੇ ਵਿੱਚ ਆ ਕੇ ਬੱਲੇ ਬੱਲੇ ਕਰਵਾਈ ਆ ਤਰਨ ਤਾਰਨ ਦੇ ਲਾਗੇ ਪਿੰਡ ਆ ਚੋਲਾ ਸਾਹਿਬ ਔਰ ਦੇਖਦੇ ਵੀ ਬਹੁਤ ਹੀ ਸੋਹਣਾ ਮੈਚ ਦਿਖਾਇਆ ਹੈ ਅੱਜ ਦੇ ਇਸ ਮੇਲੇ ਦਾ ਬੈਸਟ ਜਾਫੀ ਅਰਸ਼ਦੀਪ ਚੋਲਾ ਸਾਹਿਬ ਬਹੁਤ ਹੀ ਵਧੀਆ ਸੁਸਤਰਾਮ ਡੱਗੁਰ ਬਾਣੀਆ ਸੋ ਦੂਸਰਾ ਨਾਮ ਜਿਹੜਾ ਸੋ ਫਰੀਦਕੋਟ ਜ਼ਿਲ੍ਹੇ ਦੀ ਟੀਮ ਜਿਹੜੀ ਬਾਬੇ ਫਰੀਦ ਦੀ ਚਰਨ ਛੋਹ ਪ੍ਰਾਪਤ ਕਰਦੀ ਹੈ ਡੱਗੁਰ ਬਾਣੀ ਵਾਲੇ ਸਤਨਾਮ ਤੇ ਧਰਮਿੰਦਰ ਨੇ ਵੀ ਅੱਜ ਇਸ ਖੇਡ ਮੇਲੇ ਵਿੱਚ ਬਹੁਤ ਸੋਹਣੀਆਂ ਕਬੱਡੀਆਂ ਪਾ ਕੇ ਔਰ ਸ਼ਰਨਾ ਡੱਗੁਰ ਬਾਣੀਆ ਸਾਡੇ ਪੂਰੇ ਮਸ਼ਹੂਰ ਖਿਡਾਰੀ ਇਸ ਇਲਾਕੇ ਦੇ ਇਹਨਾਂ ਨੂੰ ਮੁਬਾਰਕਬਾਦ ਜੀ ਹੈਲੋ ਜਿੰਨੇ ਸਾਡੇ ਕਲੱਬ ਦੇ ਮੈਂਬਰ ਹੈ ਸਾਰੇ ਅਹੁਦੇਦਾਰ ਆ ਵੀਰ ਬਣ ਕੇ ਆ ਜਾਓ ਇੱਕ ਸਨੈਪ ਕਰਾਉਣੀ ਆਪਾਂ ਵਧੀਆ ਜੀ ਆ ਜਾਓ ਵੀਰ ਮੇਰੇ ਕਲੱਬ ਵਾਲੇ ਜਿੰਨੇ ਆ ਜਾਓ ਉਹ ਕਲੱਬ ਵਾਲਿਓ ਹੈਲੋ 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 ਆ ਬਈ ਹੱਥ ਬੰਨ ਕੇ ਬੇਨਤੀ ਆ ਆ ਸਾਰੇ ਫੀਲਡਾਂ ਕੋਲੋਂ ਦੂਰ ਹੋ ਜਾਓ ਦਿਲਬਾਗ ਬਾਈ ਆ ਕਰਾਂ